ਸ਼ੇਰ ਨੂੰ ਸ਼ਿਕਾਰੀ ਦਾ ਦੇ ਹੱਥ ਪੈ ਜਾਵੇ, ਕਾਹਦਾ ਉਹ ਸ਼ੇਰ ਜਿਹੜਾ ਚੁੱਪ ਰਹਿ ਜਾਵੇ। ਪੁੱਤ ਮੇਰੇ ਭੁੱਲਦੇ ਨਾ ਕਦੇ ਬੈਰ ਨੂੰ, 21 ਸਾਲੀ ਚੱਕ ਲੈਂਦੇ ਉਡਵੈਰ ਨੂੰ। ਅਣਖਾਂ ਤੇ ਬਾਰ ਮੇਰੇ ਲਾਲ ਸਹਿੰਦੇ ਨਾ, ਭਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਲਿਆਂਵਾਲੇ ਬਾਗ ਦੇ ਸਾਕੇ ਨੂੰ 100 ਸਾਲ ਗੁਜ਼ਰ ਚੱਲੇ ਹਨ। ਇਸ ਸਾਕੇ ਬਾਰੇ ਸੈਂਕੜੇ ਲਿਖਤਾਂ ਛਪ ਚੁੱਕੀਆਂ ਹਨ। ਬਹੁਤੇ ਲਿਖਾਰੀਆਂ ਨੇ ਇਸ ਸਾਕੇ ਨੂੰ ਅੰਮ੍ਰਿਤਸਰ ਦਾ ਕਤਲੇਆਮ ਕਿਹਾ ਹੈ। ਕਿਸੇ ਨੇ ਜਨਰਲ ਡਾਇਰ ਨੂੰ ਅੰਮ੍ਰਿਤਸਰ ਦਾ ਬੁੱਚੜ ਕਹਿ ਕੇ ਵੀ ਸੰਬੋਧਨ ਕੀਤਾ ਹੈ। ਇਹ ਸਾਕਾ ਅੰਮ੍ਰਿਤਸਰ ਦੀ ਹਿੱਕ ਉੱਤੇ ਵਾਪਰਿਆ ਜ਼ਰੂਰ, ਪਰ ਇਸ ਸਾਕੇ ਬਾਰੇ ਅੰਮ੍ਰਿਤਸਰ ਦਾ ਨਜ਼ਰੀਆ ਕੀ ਹੈ, ਇਸ ਦੀ ਅੱਜ ਤੱਕ ਕੋਈ ਵਿਆਖਿਆ ਨਹੀਂ ਹੋਈ। ਦਿੱਲੀ ਨੇ ਇਸ ਸਾਕੇ ਬਾਰੇ ਆਪਣੀ ਇੱਕ ਰਾਸ਼ਟਰਵਾਦੀ ਵਿਆਖਿਆ ਘੜ ਲਈ। ਲੰਡਨ ਨੇ ਦਿਲੋਂ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਸੇਵੀਅਰ ਆਫ ਬ੍ਰਿਟਿਸ਼ ਰਾਜ ਕਹਿ ਕੇ ਵੜਿਆਇਆ। ਹਮਦਰਦਾਂ ਨੇ ਡਾਇਰ ਸਹਾਇਤਾ ਕੋਸ਼ ਬਣਾ ਕੇ ਹਜ਼ਾਰਾਂ ਪਾਉਂਡ ਇਕੱਠੇ ਕਰਕੇ ਜਨਰਲ ਨੂੰ ਪੇਂਟ ਕੀਤੇ। ਬਾਹਰੀ ਦਬਾਅ ਤੋਂ ਸੁਰਖਰੂ ਹੋਣ ਲਈ ਜਦੋਂ ਨੌਕਰੀ ਦੇ ਮਹਿਜ 6 ਮਹੀਨੇ ਬਾਕੀ ਸਨ, ਸਜ਼ਾ ਦੇ ਨਾਮ ਹੇਠ ਜਨਰਲ ਨੂੰ ਜਬਰੀ ਛੁੱਟੀ ਭੇਜ ਕੇ ਪੀੜਤਾਂ ਦੀਆਂ ਅੱਖਾਂ ਠੰਡੀਆਂ ਕਰ ਦਿੱਤੀਆਂ ਗਈਆਂ। ਇਹ ਸਾਕੇ ਦੀਆਂ ਕਈ ਗੁੱਝੀਆਂ ਪਰਤਾਂ ਹਨ। ਇੱਕ ਅੰਦਰਲੀ ਕਹਾਣੀ ਵੀ ਹੈ ਜੋ ਨਾ ਦਿੱਲੀ ਦੇ ਰਾਸ਼ਟਰਵਾਦੀ ਨਜ਼ਰੀਏ ਨੂੰ ਭਾਉਂਦੀ ਹੈ ਅਤੇ ਨਾ ਹੀ ਵਲੈਤ ਦੀ ਹੈਂਕੜ ਨੂੰ। ਇਹ ਪੱਖ ਦਿੱਲੀ ਜਾਂ ਵਲੈਤ ਦਾ ਨਹੀਂ ਹੈ, ਇਹ ਪੱਖ ਅੰਮ੍ਰਿਤਸਰ ਸਾਹਿਬ ਦਾ ਹੈ। ਗੁਰੂ ਕੀ ਨਗਰੀ ਦਾ ਪੱਖ ਗੁਰੂ ਦੀ ਵਿਰਾਸਤ ਤੋਂ ਬਾਹਰਾ ਨਹੀਂ ਹੋ ਸਕਦਾ। ਇਸ ਲਈ ਅਸੀਂ ਆਪਣਾ ਨਿੱਜ ਪਾਸੇ ਰੱਖ ਕੇ ਨਿਰਪੱਖ ਤਰੀਕੇ ਨਾਲ, ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮ ਕੌਵਣ ਆਈ ਦੇ ਸਿਧਾਂਤ ਉੱਤੇ ਖੜ ਕੇ ਇਸ ਸਾਕੇ ਦਾ ਮੁਲਾਂਕਣ ਕਰਾਂਗੇ। ਇਸ ਸਾਕੇ ਦੀ ਬਾਤ ਇੰਨੀ ਸਿੱਧੀ ਅਤੇ ਸਪੱਸ਼ਟ ਨਹੀਂ ਹੈ ਜਿੰਨੀ ਅਸੀਂ ਹੁਣ ਤੱਕ ਸੁਣਦੇ ਰਹੇ ਹਾਂ। 19 ਫਰਵਰੀ 1919 ਨੂੰ ਅੰਮ੍ਰਿਤਸਰ ਦੇ ਬੰਦੇ ਮਾਤਰਮ ਹਾਲ ਵਿੱਚ ਰੋਲਟ ਐਕਟ ਦੇ ਖਿਲਾਫ ਲਾਲਾ ਕਨਈਆ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਆਉਣ ਵਾਲੇ ਸਮੇਂ ਦੇ ਸੰਕੇਤ ਉਦੋਂ ਮਿਲੇ ਜਦੋਂ ਇੱਕ ਸ਼ਖਸ ਨੇ ਕਿਹਾ ਕਿ ਮੇਰੇ ਇੰਗਲੈਂਡ ਰਹਿੰਦੇ ਮਿੱਤਰ ਮੇਰੀ ਇਸ ਗੱਲ 'ਤੇ ਉੱਕਾ ਹੀ ਇਤਬਾਰ ਨਹੀਂ ਕਰਦੇ ਕਿ 2 ਲੱਖ ਅੰਗਰੇਜ਼ 30 ਕਰੋੜ ਹਿੰਦੁਸਤਾਨੀਆਂ ਨੂੰ ਨੱਥੀ ਫਿਰਦੇ ਹਨ। ਉਹ ਤਾਂ ਹੱਸ ਕੇ ਸਗੋਂ ਇਹ ਆਖਦੇ ਹਨ ਕਿ ਇੰਨੇ ਅੰਗਰੇਜ਼ਾਂ ਨੂੰ ਜੇ ਹਿੰਦੁਸਤਾਨੀ 2-2 ਚਪੇੜਾਂ ਵੀ ਮਾਰਨ ਤਾਂ ਵੀ ਕੱਢ ਦੇਣ। ਪੜੱਤਣ ਇੰਨੀ ਵੱਧ ਰਹੀ ਸੀ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਿਕਸ਼ਾ ਵਾਹੁਣ ਵਾਲੇ ਭਾਰਤੀ ਰਾਸ਼ਟਰਵਾਦੀ ਗੋਰੀਆਂ ਸਵਾਰੀਆਂ ਨੂੰ ਚੱਕਣ ਤੋਂ ਇਨਕਾਰੀ ਸਨ। ਰਾਸ਼ਟਰਵਾਦੀਆਂ ਦੀ ਉਸ ਸਮੇਂ ਗੋਰਿਆਂ ਪ੍ਰਤੀ ਨਫ਼ਰਤ ਘੱਟ ਗਿਣਤੀਆਂ ਪ੍ਰਤੀ ਅਯੋਕੀ ਨਫ਼ਰਤ ਦੀ ਪਾਸਕੂ ਸੀ। ਬਸ ਫਰਕ ਇਹ ਸੀ ਕਿ ਗੋਰੇ ਰਾਜ ਭਾਗ ਦੇ ਮਾਲਕ ਹੋਣ ਕਰਕੇ ਬਚਦੇ ਆ ਰਹੇ ਸਨ। ਰੋਲਟ ਐਕਟ ਬਾਰੇ ਰੌਲਾ ਜ਼ੋਰਾਂ 'ਤੇ ਸੀ। ਸਰ ਸਿਡਨੀ ਰੋਲਟ ਦੀ ਅਗਵਾਈ ਵਿੱਚ 18 ਮਾਰਚ 1919 ਨੂੰ ਇਸ ਐਕਟ ਨੂੰ ਪਾਸ ਕਰ ਦਿੱਤਾ ਗਿਆ। ਰੋਲਟ ਐਕਟ ਖਾੜਕੂ ਸਿੱਖ ਸੰਘਰਸ਼ ਦੌਰਾਨ ਲਾਗੂ ਹੋਏ ਕਾਨੂੰਨ ਟਾਡਾ ਜਿੰਨਾ ਮਾਰੂ ਨਹੀਂ ਸੀ। ਰੋਲਟ ਐਕਟ ਅਨੁਸਾਰ ਕਿਸੇ ਵੀ ਬਾਗੀ ਦੇ ਘਰ ਦੀ ਤਲਾਸ਼ੀ ਬਿਨਾਂ ਵਾਰੰਟ ਤੋਂ ਲਈ ਜਾ ਸਕਦੀ ਸੀ। ਬਿਨਾਂ ਕਿਸੇ ਕੋਰਟ ਟ੍ਰਾਇਲ ਤੋਂ ਵਿਅਕਤੀ ਨੂੰ 2 ਸਾਲ ਤੱਕ ਥਾਣੇ 'ਚ ਬੰਦ ਰੱਖਿਆ ਜਾ ਸਕਦਾ ਸੀ। ਰੋਲਟ ਕੇਸਾਂ ਲਈ ਕੇਵਲ ਸਪੈਸ਼ਲ ਕੋਰਟਾਂ ਸਨ।
ਜਦਕਿ ਟਾਡਾ ਦਾ ਸਮਾਂ ਇਸ ਤੋਂ 2 ਕਦਮ ਹੋਰ ਅੱਗੇ ਸੀ। ਖਾੜਕੂਆਂ ਦੇ ਨਾਲ ਨਾਲ ਖਾੜਕੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਿਨਾਂ ਕਿਸੇ ਜੁਡੀਸ਼ਰੀ ਟ੍ਰਾਇਲ ਦੇ ਥਾਣਿਆਂ 'ਚ ਜਲੀਲ ਕੀਤਾ ਗਿਆ ਅਤੇ ਝੂਠੇ ਪੁਲਿਸ ਮੁਕਾਬਲੇ ਵੀ ਬਣਾਏ ਗਏ। ਖੈਰ, ਮੁੱਠੀ ਭਰ ਆਜ਼ਾਦੀ ਪਸੰਦ ਲੋਕ ਰੋਲਟ ਐਕਟ ਦਾ ਵਿਰੋਧ ਕਰ ਰਹੇ ਸਨ, ਪਰ ਆਮ ਜਨ ਜੀਵਨ ਇਸ ਸਭ ਕਾਸੇ ਤੋਂ ਪਰੇ ਸੀ। 1915 ਵਿੱਚ ਦੱਖਣੀ ਅਫਰੀਕਾ ਤੋਂ ਮੁੜੇ ਮਿਸਟਰ ਗਾਂਧੀ ਉਸ ਸਮੇਂ ਰਾਜਨੀਤਿਕ ਜ਼ਮੀਨ ਦੀ ਤਲਾਸ਼ ਲਈ ਜੱਦੋ ਜਹਿਦ ਕਰ ਰਹੇ ਸਨ। ਉਹਨਾਂ ਦੀ ਜੁੰਡਲੀ ਨੇ ਆਮ ਲੋਕਾਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਮਨਸ਼ਾ ਨਾਲ ਕਈ ਤਰ੍ਹਾਂ ਦੀਆਂ ਅਫਵਾਹਾਂ ਇਸ ਐਕਟ ਨਾਲ ਜੋੜ ਦਿੱਤੀਆਂ। ਮਸਲਨ, ਹਰ ਵਿਆਹ ਤੋਂ ਪਹਿਲਾਂ ਲਾੜਾ ਅਤੇ ਲਾੜੀ ਦੀ ਡਾਕਟਰੀ ਜਾਂਚ ਬਰਤਾਨਵੀ ਡਾਕਟਰ ਕਰੇਗਾ ਅਤੇ ਫਿਰ ਵਿਆਹ ਕਰਨ ਦੀ ਆਗਿਆ ਮਿਲੇਗੀ। ਮਾਤਾ ਪਿਤਾ ਨੂੰ ਵਿਆਹ 'ਤੇ ਕੀਤੇ ਗਏ ਖਰਚ ਦੇ ਬਰਾਬਰ ਦੀ ਰਕਮ ਟੈਕਸ ਵਜੋਂ ਸਰਕਾਰ ਨੂੰ ਦੇਣੀ ਪਵੇਗੀ। ਕਿਸੇ ਵੀ ਅੰਤਮ ਸੰਸਕਾਰ ਦੌਰਾਨ 4 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਣਗੇ। ਹਰ ਬੱਚੇ ਦੇ ਜਨਮ ਉੱਤੇ ਟੈਕਸ ਲਾਗੂ ਹੋਵੇਗਾ। ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ 'ਤੇ 4 ਤੋਂ ਵਧੇਰੇ ਵਿਅਕਤੀ ਇਕੱਠੇ ਨਹੀਂ ਬੈਠ ਸਕਣਗੇ। ਇਹਨਾਂ ਅਫਵਾਹਾਂ ਕਾਰਨ ਆਮ ਲੋਕ ਭੜਕ ਗਏ। ਬਰਤਾਨੀਆ ਸਰਕਾਰ ਨੇ ਐਕਟ ਬਾਰੇ ਸਫਾਈ ਦੇਣ ਲਈ 75 ਮਿਲੀਅਨ ਪਰਚੇ ਛਪਵਾ ਕੇ ਵੰਡੇ, ਪਰ ਕੋਈ ਫਰਕ ਨਾ ਪਿਆ। ਗਾਂਧੀ ਨੇ ਇਹਨਾਂ ਅਫਵਾਹਾਂ ਬਾਰੇ ਕੋਈ ਬਿਆਨ ਜਾਰੀ ਨਾ ਕੀਤਾ। ਰੋਲਟ ਐਕਟ ਦਾ ਰੌਲਾ ਗਾਂਧੀ ਨੂੰ ਸਭ ਤੋਂ ਵੱਧ ਰਾਸ ਆਇਆ। ਐਲਫਰੈਡ ਡੈਪਰ ਲਿਖਦੇ ਹਨ ਕਿ ਇਸ ਰੌਲੇ ਰੱਪੇ ਨੇ ਗਾਂਧੀ ਨੂੰ ਇੱਕ ਮਾਮੂਲੀ ਰਾਜਨੇਤਾ ਤੋਂ ਚੱਕ ਕੇ ਰਾਤੋਂ ਰਾਤ ਰਾਸ਼ਟਰੀ ਪੱਧਰ ਦਾ ਆਗੂ ਬਣਾ ਦਿੱਤਾ ਸੀ। ਪੰਜਾਬ ਵਿੱਚ ਅੰਮ੍ਰਿਤਸਰ ਸਾਰੀਆਂ ਘਟਨਾਵਾਂ ਦਾ ਕੇਂਦਰ ਬਿੰਦੂ ਸੀ। ਅਸਲ ਵਿੱਚ ਅੰਮ੍ਰਿਤਸਰ ਪੰਜਾਬ ਦੀ ਪ੍ਰਸ਼ਾਸਕੀ ਰਾਜਧਾਨੀ ਸੀ। ਖਾਲਸਾ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਇਸ ਸ਼ਹਿਰ 'ਤੇ ਸਵੱਲੀ ਨਜ਼ਰ ਰਹੀ। ਮਹਾਰਾਜੇ ਨੇ ਇੱਥੇ ਚਾਰਲਸ ਮੈਟਕਾਫ, ਐਮਲੀ ਈਡਨ, ਗਵਰਨਰ ਆਫ ਇੰਡੀਆ ਲਾਰਡ ਆਕਲੈਂਡ ਅਤੇ ਜਸਵੰਤ ਰਾਓ ਹੋਲਕਰ ਵਰਗੇ ਵਿਦੇਸ਼ੀ ਮਹਿਮਾਨਾਂ ਨਾਲ ਮੁਲਾਕਾਤਾਂ ਕੀਤੀਆਂ ਸਨ। ਮਹਾਰਾਜੇ ਨੇ ਹਰਿਮੰਦਰ ਸਾਹਿਬ 'ਤੇ ਸੰਗਮਰਮਰ ਲਗਵਾਇਆ ਅਤੇ ਸੋਨੇ ਦੇ ਪੱਤਰੇ ਚਾੜੇ। ਸ਼ਹਿਰ ਦੀ ਫਸੀਲ ਬਣਵਾਈ, ਰਾਮ ਬਾਗ ਬਣਵਾਇਆ, ਕਿਲ੍ਹੇ ਅਤੇ ਮਹੱਲ ਬਣਵਾਏ। ਇਹਨਾਂ 'ਚੋਂ ਹੀ ਇੱਕ ਕਿਲ੍ਹਾ ਗੋਬਿੰਦਗੜ੍ਹ ਸੀ ਜੋ ਅੱਗੇ ਚੱਲ ਕੇ ਅੰਗਰੇਜ਼ਾਂ ਦਾ ਰਾਖਾ ਬਣਨਾ ਸੀ। ਰਾਸ ਬਿਹਾਰੀ ਬੋਸ ਅਤੇ ਪਿੰਗਲੇ ਵਰਗੇ ਗਦਰੀਆਂ ਨੂੰ ਸ਼ਹਿਰ ਨੇ ਆਪਣੀ ਗੋਦ 'ਚ ਪਨਾਹ ਦਿੱਤੀ ਸੀ। ਕੈਂਬਰਿਜ ਯੂਨੀਵਰਸਿਟੀ ਵਿੱਚ ਪੰਡਿਤ ਨਹਿਰੂ ਦੇ ਜਮਾਤੀ ਰਹੇ 35 ਸਾਲਾਂ ਦੇ ਕਸ਼ਮੀਰੀ ਮੁਸਲਮਾਨ ਡਾਕਟਰ ਸੈਫੂਦੀਨ ਕਿਚਲੂ ਅਤੇ ਉਹਨਾਂ ਦੇ ਹਮਓਵਰ ਇੱਕ ਹੋਰ ਡਾਕਟਰ ਸਤਪਾਲ ਨੇ ਮਿਸਟਰ ਗਾਂਧੀ ਵੱਲੋਂ 30 ਮਾਰਚ ਨੂੰ ਦਿੱਤੇ ਹੜਤਾਲ ਦੇ ਸੱਦੇ ਦੇ ਸਮਰਥਨ ਵਿੱਚ ਮਾਰਚ 23 ਅਤੇ 29 ਨੂੰ 2 ਮੀਟਿੰਗਾਂ ਕੀਤੀਆਂ। ਅੰਮ੍ਰਿਤਸਰ ਵਿੱਚ ਹੜਤਾਲ ਦੀ ਕਾਮਯਾਬੀ ਲਈ ਇੱਕ ਸੱਤਿਆਗ੍ਰਹਿ ਸਭਾ ਵੀ ਚੁਣੀ ਗਈ। ਡਾਕਟਰ ਕਿਚਲੂ ਨੂੰ ਸਭਾ ਦਾ ਪ੍ਰਧਾਨ, ਮੁਹੰਮਦ ਬਸ਼ੀਰ ਨੂੰ ਸੈਕਟਰੀ ਅਤੇ ਹੋਰ ਮੈਂਬਰਾਂ ਵਿੱਚ ਕੋਟੂਮਲ, ਲਾਲਾ ਨਾਰਾਇਣ ਦਾਸ ਰੂਪਚੰਦਪੁਰੀ ਵਪਾਰੀ, ਲਾਲਾ ਦੀਵਾਨ ਚੰਦ ਕੱਪੜਾ ਵਪਾਰੀ, ਮਹਾਸ਼ਾ ਰਤਨ ਚੰਦ ਉਰਫ ਰੱਤੋ ਆੜਤੀਆ ਅਤੇ ਚੌਧਰੀ ਬੱਗਾ ਸ਼ਾਮਲ ਹੋਏ। ਕੁਝ ਦਿਨਾਂ ਬਾਅਦ ਅੰਗਰੇਜ਼ ਮੁਖਬਰ ਹੰਸ ਰਾਜ ਨੇ ਵੀ ਇਹਨਾਂ ਨਾਲ ਆ ਰਲਣਾ ਸੀ। ਸਿੱਖ ਕੌਮ ਯਾਰਾ ਤੌਰ 'ਤੇ ਗਾਂਧੀ ਦੇ ਇਸ ਸੱਤਿਆਗ੍ਰਹਿ ਵਿੱਚ ਕੋਈ ਦਿਲਚਸਪੀ ਨਹੀਂ ਸੀ ਵਿਖਾ ਰਹੀ। 29 ਮਾਰਚ ਨੂੰ ਡਿਫੈਂਸ ਆਫ ਇੰਡੀਆ ਐਕਟ ਰਾਹੀਂ ਸਰਕਾਰ ਨੇ ਡਾਕਟਰ ਸਤਪਾਲ ਦੇ ਜਨਤਕ ਜਲਸਿਆਂ ਵਿੱਚ ਬੋਲਣ 'ਤੇ ਰੋਕ ਲਾ ਦਿੱਤੀ ਅਤੇ ਅਜਿਹੇ ਹੀ ਹੁਕਮ 4 ਅਪ੍ਰੈਲ ਨੂੰ ਡਾਕਟਰ ਸੈਫੂਦੀਨ ਕਿਚਲੂ ਲਈ ਵੀ ਜਾਰੀ ਕੀਤੇ ਗਏ। ਦੂਜੇ ਪਾਸੇ ਐਨ ਮੌਕੇ 'ਤੇ ਗਾਂਧੀ ਨੇ ਹੜਤਾਲ ਦੀ ਤਾਰੀਖ ਅੱਗੇ ਪਾ ਕੇ ਅਪ੍ਰੈਲ 6 ਕਰ ਦਿੱਤੀ, ਪਰ ਢੁਕਵੇਂ ਸਮੇਂ 'ਤੇ ਇਹ ਸੁਨੇਹਾ ਅੰਮ੍ਰਿਤਸਰ ਸਾਹਿਬ ਨਾ ਪਹੁੰਚਣ ਕਰਕੇ ਮਿਥੀ 30 ਤਾਰੀਖ ਨੂੰ ਹੀ ਹੜਤਾਲ ਹੋਈ। ਭਾਰਤ ਦੇ ਕੁਝ ਹੋਰ ਹਿੱਸਿਆਂ ਵਿੱਚ ਵੀ ਇਸੇ ਦਿਨ ਹੜਤਾਲ ਹੋਈ। ਦਿੱਲੀ ਵਿੱਚ ਗੋਲੀ ਵੀ ਚੱਲੀ।
ਇਸ ਦਿਨ ਜਲਿਆਂਵਾਲਾ ਬਾਗ ਰੱਖੇ ਜਲਸੇ ਵਿੱਚ 45,000 ਦੇ ਕਰੀਬ ਲੋਕ ਇਕੱਤਰ ਹੋਏ। ਇਸ ਦੀ ਪ੍ਰਧਾਨਗੀ ਡਾਕਟਰ ਕਿਚਲੂ ਨੇ ਕੀਤੀ। 6 ਅਪ੍ਰੈਲ ਨੂੰ ਸ਼ਹਿਰ ਵਿੱਚ ਇੱਕ ਹੋਰ ਹੜਤਾਲ ਦਾ ਸੱਦਾ ਸੀ। ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਨੇ 5 ਦੀ ਸ਼ਾਮ ਨੂੰ ਆਪਣੇ ਘਰ ਸ਼ਹਿਰ ਦੇ ਪਤਵੰਤੇ ਸੱਜਣਾ ਅਤੇ ਮੈਜਿਸਟ੍ਰੇਟ ਨੂੰ ਬੁਲਾਇਆ ਅਤੇ ਗੱਲਬਾਤ ਤੋਂ ਬਾਅਦ ਉਹਨਾਂ ਡੀਸੀ ਨੂੰ ਭੜਕਦੀ ਹੜਤਾਲ ਨਾ ਕਰਨ ਦਾ ਭਰੋਸਾ ਦਿੱਤਾ। ਪਰ ਇਸੇ ਸ਼ਾਮ ਰਾਤ 9 ਵਜੇ ਦੇ ਕਰੀਬ ਤਕਰੀਬਨ 200 ਲੋਕਾਂ ਦੇ ਇੱਕ ਜਥੇ ਨੇ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਭੜਕ ਹੋਣ ਵਾਲੀ ਹੜਤਾਲ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ। ਐਟਚੀਸਨ ਪਾਰਕ ਵਿੱਚ ਮਮਦੋਟ ਕਲੱਬ ਅਤੇ ਹਿੰਦੂ ਸਪੋਰਟਸ ਕਲੱਬ ਵਿਚਾਲੇ ਜਦੋਂ ਕ੍ਰਿਕਟ ਮੈਚ ਚੱਲ ਰਿਹਾ ਸੀ ਤਾਂ ਇੱਕ ਵੱਡੀ ਭੀੜ ਉੱਥੇ ਜਾ ਪਹੁੰਚੀ। ਭੀੜ ਨੇ ਪਿੱਚ ਅਤੇ ਵਿਕਟਾਂ ਪੁੱਟ ਸੁੱਟੀਆਂ, ਮੈਚ ਰੱਦ ਕਰਵਾ ਦਿੱਤਾ ਗਿਆ। ਹੰਸਰਾਜ ਨਾਮ ਦਾ ਇੱਕ ਸ਼ਖਸ ਇਸ ਕਾਰਜ ਵਿੱਚ ਮੋਹਰੀ ਸੀ। ਅਗਲੇ ਦਿਨ ਯਾਨੀ ਅਪ੍ਰੈਲ 6 ਨੂੰ ਸ਼ਹਿਰ ਵਿੱਚ ਦੂਜੀ ਹੜਤਾਲ ਹੋਈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਵੱਲੋਂ ਭੇਜੀ ਰਿਪੋਰਟ ਮੁਤਾਬਕ ਹੜਤਾਲ ਬਿਨਾਂ ਕਿਸੇ ਝੜਪ ਦੇ ਗੁਜ਼ਰ ਗਈ, ਪਰ ਘੰਟਾ ਘਰ ਕੋਲੋਂ ਇੱਕ ਇਸ਼ਤਿਹਾਰ ਬਰਾਮਦ ਹੋਇਆ ਜਿਸ ਉੱਪਰ ਲਿਖਿਆ ਸੀ ਮਰੋ ਜਾਂ ਮਾਰੋ। ਇਹ ਵੀ ਕਿਹਾ ਗਿਆ ਕਿ ਮੁਜ਼ਾਹਰਾਕਾਰੀਆਂ ਨੇ ਆਮ ਲੋਕਾਂ ਨੂੰ ਤੰਗ ਕੀਤਾ, ਟਾਂਗੇ ਰੋਕ ਕੇ ਸਵਾਰੀਆਂ ਨੂੰ ਉਤਾਰਿਆ ਗਿਆ ਅਤੇ ਪੈਦਲ ਤੁਰਨ ਲਈ ਮਜਬੂਰ ਕੀਤਾ ਗਿਆ। ਇਹ ਰਿਪੋਰਟ ਗਵਰਨਰ ਪੰਜਾਬ ਸਰ ਮਾਈਕਲ ਉਡਵਾਇਰ ਨੂੰ ਭੇਜੀ ਗਈ। ਪੰਜਾਬੀ ਵਿੱਚ ਚੰਗੀ ਮੁਹਾਰਤ ਰੱਖਣ ਵਾਲਾ ਅਤੇ ਸੇਖ ਸ਼ਾਦੀ ਦੀ ਸ਼ਾਇਰੀ ਦਾ ਸ਼ੌਕੀਨ ਅਰਸ਼ ਗੋਰਾ ਮਾਈਕਲ ਉਡਵਾਇਰ ਸੁਭਾਅ ਪੱਖੋਂ ਬੜਾ ਹਠੀ ਸੀ। ਉਹ ਗੱਤਕੇਬਾਜ਼ੀ, ਨਿਸ਼ਾਨੇਬਾਜ਼ੀ ਅਤੇ ਆਵਾਜ਼ ਨਾਲ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। ਗਦਰ ਲਹਿਰ ਨੂੰ ਕੁਚਲ ਦੇਣ ਦਾ ਸਿਹਰਾ ਲੈਣ ਵਾਲਾ ਉਡਵਾਇਰ ਅੰਮ੍ਰਿਤਸਰ ਦੀਆਂ ਸਰਗਰਮੀਆਂ ਤੋਂ ਚਿੰਤਤ ਹੋ ਉੱਠਿਆ। ਉਸਨੂੰ ਸਿੰਘਾਪੁਰ ਜਾ ਕੇ ਵਸਿਆ ਅੰਮ੍ਰਿਤਸਰ ਦਾ ਅਮੀਰ ਵਪਾਰੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜਿੱਤਿਆ ਗਿਆ। ਉਡਵਾਇਰ ਨੂੰ ਕਿਸੇ ਵੱਡੀ ਬਗਾਵਤ ਦਾ ਭੁਲੇਖਾ ਪਿਆ। ਉਹ ਆਉਣ ਵਾਲੇ ਦਿਨਾਂ ਲਈ ਤਿਆਰੀ ਕਰਨ ਲੱਗ ਪਿਆ। ਇਸੇ ਦਿਨ ਯਾਨੀ 6 ਅਪ੍ਰੈਲ ਸ਼ਾਮ ਨੂੰ ਜਲਿਆਂਵਾਲਾ ਬਾਗ ਵਿੱਚ ਇੱਕ ਜਲਸਾ ਵੀ ਹੋਇਆ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ। ਸਰਕਾਰ ਖਿਲਾਫ਼ ਕੁਝ ਮਤੇ ਪਾਸ ਕੀਤੇ ਗਏ। ਪੰਜਾਬ ਵਿੱਚ 18 ਸਾਲ ਨੌਕਰੀ ਕਰ ਚੁੱਕਿਆ ਪਰ ਅੰਮ੍ਰਿਤਸਰ ਲਈ ਨਵਾਂ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਵੀ ਦੂਜੀ ਹੜਤਾਲ ਤੋਂ ਬਾਅਦ ਚੁਕੰਨਾ ਹੋ ਗਿਆ। ਇਰਵਿੰਗ ਵੱਲੋਂ ਲਾਹੌਰ ਡਿਵੀਜ਼ਨ ਦੇ ਕਮਿਸ਼ਨਰ ਮਿਸਟਰ AJW ਕਿਚਨ ਨੂੰ ਭੇਜੀ ਰਿਪੋਰਟ ਵਿੱਚ ਉਹ ਲਿਖਦਾ ਹੈ ਕਿ ਹੋ ਸਕਦਾ ਹੈ ਲੰਡਨ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਇਹ ਦਿਨ ਇੱਕ ਪਿਕਨਿਕ ਦੀ ਤਰ੍ਹਾਂ ਗੁਜ਼ਰਿਆ ਹੋਵੇ, ਪਰ ਬਦਕਿਸਮਤੀ ਨਾਲ ਅਸੀਂ ਲੰਡਨ ਵਿੱਚ ਨਹੀਂ ਹਾਂ। 2 ਦਿਨ ਬਾਅਦ ਯਾਨੀ 8 ਅਪ੍ਰੈਲ ਨੂੰ DC ਅੰਮ੍ਰਿਤਸਰ ਮਾਇਲ ਇਰਵਿੰਗ ਨੇ ਕਮਿਸ਼ਨਰ ਅਤੇ ਪੰਜਾਬ ਸਰਕਾਰ ਨੂੰ ਇੱਕ ਹੋਰ ਚਿੱਠੀ ਲਿਖ ਕੇ ਲੋਕਾਂ ਦੀਆਂ ਵੱਧਦੀਆਂ ਬਗਾਵਤੀ ਸੁਰਾਂ ਉੱਤੇ ਚਿੰਤਾ ਜ਼ਾਹਰ ਕੀਤੀ ਅਤੇ ਸ਼ਹਿਰ ਵਿੱਚ ਆਮ ਨਾਲੋਂ ਵਧੇਰੇ ਮਿਲਟਰੀ ਫੋਰਸ ਦੀ ਮੰਗ ਕੀਤੀ। ਉਸਨੇ ਕਿਹਾ ਕਿ ਹੜਤਾਲ ਜਥੇਬੰਦੀਆਂ ਦਾ ਟੈਸਟ ਕਰਨ ਲਈ ਕਾਫੀ ਸੀ। ਸ਼ਹਿਰ ਦੇ ਪੁਰਾਣੇ ਆਗੂ ਖਾਨ ਬਹਾਦਰ ਅਤੇ ਰਾਏ ਸਾਹਿਬ ਆਪਣਾ ਪ੍ਰਭਾਵ ਗੁਆ ਚੁੱਕੇ ਹਨ। ਮੈਂ ਨਵੇਂ ਪ੍ਰਭਾਵਸ਼ਾਲੀ ਆਗੂਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਡਾਕਟਰ ਕਿਚਲੂ ਬਹੁਤ ਡੂੰਘਾ ਹੈ। ਜੇ ਮੈਂ ਸੋਚਾਂ ਕਿ ਉਸ 'ਤੇ ਪ੍ਰਭਾਵ ਪਾ ਲਵਾਂਗਾ ਤਾਂ ਮੈਂ ਗਲਤ ਹੋਵਾਂਗਾ। ਸ਼ਾਇਦ ਮੈਂ ਉਸ ਦੇ ਕੁਝ ਬਾਹਰਲੇ ਸਰਕਲ ਨੂੰ ਹੱਥ ਵਿੱਚ ਕਰ ਲਵਾਂ, ਪਰ ਉਹਨਾਂ ਤੋਂ ਬਹੁਤੀ ਉਮੀਦ ਨਹੀਂ ਹੈ। ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋ ਗਏ ਹਨ। ਅਸੀਂ ਇਕੱਲੇ ਮਹਿਸੂਸ ਕਰ ਰਹੇ ਹਾਂ। DC ਨੇ ਮੁੱਢਲੀ ਸਟੇਜ 'ਤੇ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰ ਕਿਚਲੂ ਖਿਲਾਫ਼ ਕੋਈ ਵੀ ਸਖ਼ਤ ਐਕਸ਼ਨ ਨਾ ਲਿਆ ਜਾਵੇ। 9 ਅਪ੍ਰੈਲ ਨੂੰ ਹਿੰਦੂ ਭਾਈਚਾਰੇ ਦਾ ਰਾਮਨੌਮੀ ਦਾ ਤਿਉਹਾਰ ਸੀ। DC ਅੰਮ੍ਰਿਤਸਰ ਮਾਇਲ ਇਰਵਿੰਗ
ਹਾਲਾਤਾਂ 'ਤੇ ਡੂੰਘੀ ਨਿਗਾਹ ਰੱਖ ਰਿਹਾ ਸੀ। ਉਸਨੇ ਸਵੇਰੇ ਹੀ ਅਫੀਸਰ ਕਮਾਂਡਿੰਗ ਦਾ ਅੰਮ੍ਰਿਤਸਰ ਗੈਰੀਸਨ ਮਿਲਟਰੀ ਸਟੇਸ਼ਨ ਕੈਪਟਨ ਮੈਸੀ, ਸੁਪਰੀਟੈਂਡੈਂਟ ਆਫ ਪੁਲਿਸ ਮਿਸਟਰ ਜੇ ਐਫ ਰੀਹਲ, ਡਿਪਟੀ ਸੁਪਰਡੈਂਟ ਮਿਸਟਰ ਪਲੂਮਰ ਅਤੇ ਸਿਵਲ ਸਰਜਨ ਲੈਫਟੀਨੈਂਟ ਕਰਨਲ ਹੈਨਰੀ ਸਮਿਥ ਨੂੰ ਆਪਣੇ ਘਰੇ ਬੁਲਾਇਆ ਅਤੇ ਤਾਜ਼ਾ ਹਾਲਾਤਾਂ ਉੱਤੇ ਸਲਾਹ ਮਸ਼ਵਰਾ ਕੀਤਾ। ਸਿਵਲ ਸਰਜਨ ਲੈਫਟੀਨੈਂਟ ਕਰਨਲ ਹੈਨਰੀ ਸਮਿਥ ਕੋਲ ਮੋਟਰ ਕਾਰ ਸੀ, ਇਸ ਲਈ ਉਸਦੀ ਡਿਊਟੀ ਲਾਈ ਗਈ ਕਿ ਉਹ ਜਲਦੀ ਤੋਂ ਜਲਦੀ ਲਾਹੌਰ ਰਵਾਨਾ ਹੋ ਜਾਵੇ ਅਤੇ ਅੰਮ੍ਰਿਤਸਰ ਦੇ ਤਾਜ਼ਾ ਹਾਲਾਤਾਂ ਦੀ ਤਫਸੀਲ ਨਾਲ ਗਵਰਨਰ ਪੰਜਾਬ ਸਰ ਮਾਈਕਲ ਅਡਵਾਇਰ ਨੂੰ ਜਾ ਮਿਲੇ ਅਤੇ ਨਾਲ ਹੀ ਅਗਲੇਰੇ ਹੁਕਮ ਵੀ ਲੈ ਆਵੇ। ਜਲਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਕਰਨਲ ਸਮਿਥ ਨੇ ਦੱਸਿਆ ਕਿ ਉਸਨੇ ਰਾਮਨੌਮੀ ਵਾਲੇ ਦਿਨ ਸਾਰਿਆਂ ਨੂੰ ਆਗਾਹ ਕੀਤਾ ਸੀ ਕਿ ਮੈਨੂੰ ਇਸ ਹੜਤਾਲ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਲੱਗ ਰਿਹਾ, ਇਹ ਸਭ ਮਿਸਟਰ ਗਾਂਧੀ ਜਾਂ ਕਿਸੇ ਰੈਵੋਲਿਊਸ਼ਨਰੀ ਗਰੁੱਪ ਦਾ ਡਿਜ਼ਾਈਨ ਅਤੇ ਆਰਗੇਨਾਈਜ਼ ਕੀਤਾ ਲੱਗਦਾ ਹੈ। ਅਸਲ ਵਿੱਚ ਕਰਨਲ ਸਮਿਥ ਪਿਛਲੇ ਦਿਨਾਂ ਦੀ ਰੋਸ਼ਨੀ ਵਿੱਚ ਰਾਮਨੌਮੀ ਦੇ ਜਲੂਸ ਨੂੰ ਵੀ ਇੱਕ ਹੋਰ ਹੜਤਾਲ ਵਜੋਂ ਵੇਖ ਰਿਹਾ ਸੀ। ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਅਲਾਹਾਬਾਦ ਬੈਂਕ ਦੇ ਬਰਾਂਡੇ ਵਿੱਚ ਖੜ੍ਹ ਕੇ ਰਾਮਨੌਮੀ ਦੇ ਜਲੂਸ ਦੀ ਨਿਗਰਾਨੀ ਕਰ ਰਿਹਾ ਸੀ। ਪਿਛਲੇ ਸਾਲਾਂ ਵਾਂਗ ਇਸ ਵਾਰ ਯੂਰਪੀਨਾਂ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ। 9 ਅਪ੍ਰੈਲ ਦਾ ਦਿਨ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਵਾਂਗ ਗੁਜ਼ਰ ਰਿਹਾ ਸੀ। ਉਧਰ ਕਰਨਲ ਸਮਿਥ ਗਵਰਨਰ ਪੰਜਾਬ ਸਰ ਮਾਈਕਲ ਅਡਵਾਇਰ ਦੇ ਅਗਲੇਰੇ ਲਿਖਤੀ ਹੁਕਮ ਲੈ ਕੇ ਵਾਪਸ ਅੰਮ੍ਰਿਤਸਰ ਪਹੁੰਚ ਗਿਆ ਸੀ। ਸ਼ਾਮ 7 ਵਜੇ ਦੇ ਕਰੀਬ ਉਹ ਡਿਪਟੀ ਕਮਿਸ਼ਨਰ ਇਰਵਿੰਗ ਨੂੰ ਮਿਲਿਆ। ਉਸਨੇ ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸਤਪਾਲ ਨੂੰ ਡਿਫੈਂਸ ਆਫ ਇੰਡੀਆ ਐਕਟ ਅਧੀਨ ਗ੍ਰਿਫਤਾਰ ਕਰਕੇ ਉਸ ਸਮੇਂ ਦੇ ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਧਰਮਸ਼ਾਲਾ 'ਚ ਗੁਪਤ ਤੌਰ 'ਤੇ ਰਿਪੋਰਟ ਕਰਨ ਲਈ ਅਡਵਾਇਰ ਦੇ ਹੁਕਮਾਂ ਦੀ ਕਾਪੀ DC ਅੰਮ੍ਰਿਤਸਰ ਨੂੰ ਫੜਾ ਦਿੱਤੀ। ਅਡਵਾਇਰ ਨੇ ਨਾਲ ਹੀ ਇਹ ਜਾਣਕਾਰੀ ਵੀ ਭੇਜੀ ਕਿ ਮਿਸਟਰ ਗਾਂਧੀ ਦੀ ਸੰਭਾਵੀ ਪੰਜਾਬ ਫੇਰੀ ਨੂੰ ਵੇਖਦਿਆਂ ਗਾਂਧੀ ਦੇ ਪੰਜਾਬ ਦਾਖਲੇ 'ਤੇ ਰੋਕ ਲਾ ਦਿੱਤੀ ਗਈ ਹੈ। ਅਡਵਾਇਰ ਨੇ ਅਸਲ ਵਿੱਚ ਗਾਂਧੀ ਨੂੰ ਬੰਬੇ ਤੋਂ ਦਿੱਲੀ ਆਉਂਦੇ ਸਮੇਂ ਕਾਬੂ ਕਰਕੇ ਬਰਮਾ ਡਿਪੋਰਟ ਕਰਨ ਦੀ ਤਜਵੀਜ਼ ਪੇਸ਼ ਕੀਤੀ ਸੀ ਜੋ ਵਾਇਸਰਾਏ ਦੇ ਦਖਲ ਕਾਰਨ ਸਿਰੇ ਨਾ ਚੜ ਸਕੇ। ਲੈਫਟੀਨੈਂਟ ਗਵਰਨਰ ਸਰ ਮਾਈਕਲ ਅਡਵਾਇਰ ਨੇ ਅੰਮ੍ਰਿਤਸਰ ਵਿਖੇ ਫੌਜ ਨੂੰ ਮਜ਼ਬੂਤ ਕਰਨ ਦੀ ਮੰਗ ਵਾਲੀ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਦੀ ਚਿੱਠੀ ਅੱਗੇ ਆਫੀਸਰ ਆਫ ਕਮਾਂਡਿੰਗ ਡਿਵੀਜ਼ਨ ਜਨਰਲ ਬੇਨਾਨ ਨੂੰ ਭੇਜ ਦਿੱਤੀ ਅਤੇ ਨਾਲ ਨੋਟ ਲਿਖ ਦਿੱਤਾ ਕਿ ਲੈਫਟੀਨੈਂਟ ਗਵਰਨਰ ਮਿਸਟਰ ਇਰਵਿੰਗ ਦੀ ਇਸ ਮੰਗ ਨਾਲ ਸਹਿਮਤ ਹੈ, ਇਸ 'ਤੇ ਫੌਰੀ ਅਮਲ ਕੀਤਾ ਜਾਏ। ਅਡਵਾਇਰ ਵੱਲੋਂ ਦੋਵਾਂ ਡਾਕਟਰਾਂ ਨੂੰ ਡਿਪੋਰਟ ਕਰਨ ਦੇ ਮਿਲੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਦੇ ਪ੍ਰਸ਼ਾਸਕੀ ਅਧਿਕਾਰੀਆਂ ਵਿੱਚ ਹਲਚਲ ਤੇਜ਼ ਹੋ ਗਈ। 9 ਅਪ੍ਰੈਲ ਦੀ ਅੱਧੀ ਰਾਤ ਤੱਕ ਆਉਣ ਵਾਲੇ ਭਲਕ ਨਾਲ ਸਿੱਝਣ ਲਈ ਉੱਪਰੋਂ ਥੱਲੀ ਮੀਟਿੰਗਾਂ ਚੱਲਦੀਆਂ ਰਹੀਆਂ, ਪਰ ਸੱਚਾਈ ਇਹ ਸੀ ਕਿ ਬਰਤਾਨਵੀ ਅਧਿਕਾਰੀਆਂ ਨੂੰ ਥੋੜ੍ਹੀ ਬਹੁਤ ਕਨਸੋ ਤਾਂ ਸੀ ਪਰ ਹਾਲਾਤਾਂ ਦਾ ਅਸਲ ਅੰਦਾਜ਼ਾ ਲਾਉਣ ਵਿੱਚ ਉਹ ਬੁਰੀ ਤਰ੍ਹਾਂ ਨਾਕਾਮ ਰਹੇ। ਡਿਪਟੀ ਕਮਿਸ਼ਨਰ ਮਿਸਟਰ ਇਰਵਿੰਗ ਨੇ ਕਮਾਂਡਿੰਗ ਸਟੇਸ਼ਨ ਕੈਪਟਨ ਮੈਸੀ ਨਾਲ ਸਲਾਹ ਕੀਤੀ ਕਿ ਡਾਕਟਰ ਕਿਚਲੂ ਅਤੇ ਡਾਕਟਰ ਸਤਪਾਲ ਨੂੰ ਭਲਕੇ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਦੇ ਘਰ ਹੀ ਸੱਦ ਲਿਆ ਜਾਵੇ ਅਤੇ ਉੱਥੋਂ ਸੁਪਰਡੈਂਟ ਆਫ ਪੁਲਿਸ ਮਿਸਟਰ ਰੀਹਲ ਅਤੇ ਇੱਕ ਛੋਟੇ ਸੁਰੱਖਿਆ ਦਸਤੇ ਦੀ ਨਿਗਰਾਨੀ ਹੇਠ ਧਰਮਸ਼ਾਲਾ ਰਵਾਨਾ ਕਰ ਦਿੱਤਾ ਜਾਵੇ। ਲਿਜਾਣ ਵਾਲੇ ਅਧਿਕਾਰੀ ਸ਼ਿਕਾਰੀਆਂ ਦੇ ਭੇਸ ਵਿੱਚ ਹੋਣ ਤਾਂ ਜੋ ਵੇਖਣ ਵਾਲਿਆਂ ਨੂੰ ਇਹ ਲੱਗੇ ਕਿ ਗੋਰੇ ਅਧਿਕਾਰੀ ਕਿਧਰੇ ਸ਼ਿਕਾਰ ਖੇਡਣ ਚੱਲੇ ਹਨ। ਇਸ ਡਿਪੋਰਟੇਸ਼ਨ ਸੰਬੰਧੀ ਜ਼ਰੂਰੀ ਇੰਤਜ਼ਾਮ ਅੱਜ ਰਾਤ ਕਰ ਲਏ ਜਾਣ। ਪੈਦਾ ਹੋਣ ਵਾਲੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਕੈਪਟਨ ਮੈਸੀ ਦੀ ਜ਼ਿੰਮੇਵਾਰੀ ਲਾਈ ਗਈ।
ਯੂਰਪੀਅਨ ਅਫਸਰਾਂ ਦੇ ਪਰਿਵਾਰ, ਬੀਬੀਆਂ ਅਤੇ ਬੱਚੇ ਕਿਲ੍ਹਾ ਗੋਬਿੰਦਗੜ੍ਹ ਅਤੇ ਰਾਮਬਾਗ ਵਿੱਚ ਰਹਿੰਦੇ ਸਨ। ਅੰਮ੍ਰਿਤਸਰ ਗੈਰੀਸਨ ਬ੍ਰਿਟਿਸ਼ ਇਨਫੈਂਟਰੀ ਤੋਂ 2 ਮੀਲ ਵਿਹਤੇ ਬਣੇ ਲੇਬਰ ਕਾਰਪਸ ਕੈਂਟੋਨਮੈਂਟਸ ਵਿੱਚ 90 ਜਵਾਨਾਂ ਨੂੰ ਰਾਮਬਾਗ ਵਿੱਚ ਰਿਜ਼ਰਵ ਫੋਰਸ ਵਜੋਂ ਤਾਇਨਾਤ ਕਰਨ ਬਾਰੇ ਵਿਚਾਰ ਹੋਇਆ। ਪੁਲਿਸ ਦੇ ਘੋੜਸਵਾਰ ਦਸਤਿਆਂ ਨੂੰ ਰੀਗੋ ਬ੍ਰਿਜ 'ਤੇ ਤਾਇਨਾਤ ਹੋਣ ਲਈ ਕਿਹਾ ਗਿਆ। ਰੀਗੋ ਬ੍ਰਿਜ ਕਿਲ੍ਹਾ ਗੋਬਿੰਦਗੜ੍ਹ, ਹਾਲਗੇਟ ਬ੍ਰਿਜ ਅਤੇ ਹਸਪਤਾਲ ਕ੍ਰੋਸਿੰਗ ਨੂੰ ਕੰਟਰੋਲ ਕਰਦਾ ਸੀ। ਪੁਲਿਸ ਦੇ 75 ਸਿਪਾਹੀਆਂ ਨੂੰ ਕੋਤਵਾਲੀ ਵਿੱਚ ਰੱਖਿਆ ਗਿਆ। ਕੁਝ ਹੋਰ ਬਚਦੀ ਪੁਲਿਸ ਨੂੰ ਇੱਕ ਯੂਰਪੀਅਨ ਅਧਿਕਾਰੀ ਮਿਸਟਰ ਮਾਰਸ਼ਲ ਦੀ ਅਗਵਾਈ ਹੇਠ ਪੁਲਿਸ ਲਾਈਨਜ਼ ਕ੍ਰੋਸਿੰਗ ਦੀ ਰਾਖੀ ਲਈ ਤਾਇਨਾਤ ਕਰ ਦਿੱਤਾ ਗਿਆ। ਇਸ ਦਾ ਵੀ ਅਗਾਊਂ ਪ੍ਰਬੰਧ ਕੀਤਾ ਗਿਆ ਕਿ ਜੇ ਲੋੜ ਪਈ ਤਾਂ ਸਿਵਲ ਸਰਜਨ ਲੈਫਟੀਨੈਂਟ ਕਰਨਲ ਹੈਨਰੀ ਸਮਿਥ ਆਪਣੀ ਮੋਟਰ ਐਂਬੂਲੈਂਸ ਰਾਹੀਂ ਸ਼ਹਿਰ ਵਿੱਚੋਂ ਯੂਰਪੀਅਨ ਔਰਤਾਂ ਅਤੇ ਬੱਚਿਆਂ ਨੂੰ ਇਕੱਠੇ ਕਰਕੇ ਸੁਰੱਖਿਅਤ ਕਿਲ੍ਹਾ ਗੋਬਿੰਦਗੜ੍ਹ ਤੱਕ ਪਹੁੰਚਾਉਣਗੇ। ਡਿਪਟੀ ਕਮਿਸ਼ਨਰ ਨੇ ਕੁਝ ਕੁ ਆਲਾ ਅਫਸਰਾਂ ਨਾਲ ਇੱਕ ਗੁਪਤ ਸੂਚਨਾ ਸਾਂਝੀ ਕਰਦਿਆਂ ਦੱਸਿਆ ਕਿ ਉਸ ਕੋਲ ਅਜਿਹਾ ਯਕੀਨ ਕਰਨ ਦੇ ਕਾਰਨ ਹਨ ਕਿ ਸ਼ਹਿਰੀ ਭੀੜ ਦਾ ਹਜੂਮ ਜ਼ਿਲ੍ਹਾ ਅਦਾਲਤ ਅਤੇ ਹੋਰ ਸੰਵਿਧਾਨਕ ਸੰਸਥਾਵਾਂ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦਾਅਵਾ ਕਰ ਸਕਦਾ ਹੈ। ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਇਕੱਠੇ 5 ਤੋਂ ਵਧੇਰੇ ਬੰਦਿਆਂ ਨੂੰ ਰੇਲਵੇ ਲਾਈਨ ਨਾ ਲੰਘਣ ਦਿੱਤਾ ਜਾਵੇ। 3 ਯੂਰਪੀਅਨ ਜੱਜਾਂ ਨੇ ਹੁਕਮ ਜਾਰੀ ਕੀਤੇ ਕਿ ਹਰ ਕਿਸਮ ਦੀ ਭੀੜ ਨੂੰ ਜੇ ਸੰਭਵ ਹੋਵੇ ਤਾਂ ਸ਼ਾਂਤਮਈ, ਨਹੀਂ ਫਿਰ ਫੌਜੀ ਜ਼ੋਰ ਨਾਲ ਰੋਕਿਆ ਜਾਵੇ। ਇਹ ਸਾਰੇ ਹੁਕਮ ਇੰਟਰਨਲ ਡਿਫੈਂਸ ਸਕੀਮ ਅਧੀਨ ਜਾਰੀ ਕੀਤੇ ਗਏ। ਪ੍ਰਸ਼ਾਸਕੀ ਬ੍ਰਿਟਿਸ਼ ਅਧਿਕਾਰੀਆਂ ਦੇ ਪਰਿਵਾਰ ਕਿਲ੍ਹਾ ਗੋਬਿੰਦਗੜ੍ਹ ਵਿੱਚ ਹੋਣ ਕਾਰਨ ਸੀਨੀਅਰ ਅਧਿਕਾਰੀ ਕੈਪਟਨ ਮੈਸੀ ਨੂੰ ਖੁਦ ਕਿਲ੍ਹਾ ਗੋਬਿੰਦਗੜ੍ਹ ਦੀ ਸੁਰੱਖਿਆ ਵੇਖਣ ਦੇ ਹੁਕਮ ਦਿੱਤੇ ਗਏ। ਇਹ ਕਿਲ੍ਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਰੀਝ ਨਾਲ ਬਣਵਾਇਆ ਸੀ। ਸੁਰੱਖਿਆ ਪੱਖੋਂ ਕਿਲ੍ਹਾ ਗੋਬਿੰਦਗੜ੍ਹ ਬਾਕੀ ਸਰਕਾਰੀ ਇਮਾਰਤਾਂ ਦੀ ਤੁਲਨਾ ਵਿੱਚ ਵਧੇਰੇ ਮਜ਼ਬੂਤ ਸੀ। ਕੈਪਟਨ ਮੈਸੀ ਨੂੰ ਗੰਜ ਪੁਜੀਸ਼ਨ ਵਿੱਚ ਰੱਖਣ ਅਤੇ ਇੱਕ ਮਸ਼ੀਨ ਗਨ ਵੀ ਤਿਆਰ ਰੱਖਣ ਦੇ ਹੁਕਮ ਕੀਤੇ ਗਏ। ਕੈਪਟਨ ਨੂੰ ਕਿਹਾ ਗਿਆ ਕਿ ਜੇ ਭੀੜ ਗੋਰੀਆਂ ਬੀਬੀਆਂ ਅਤੇ ਬੱਚਿਆਂ 'ਤੇ ਹੱਲਾ ਕਰਨ ਲਈ ਕਿਲ੍ਹਾ ਗੋਬਿੰਦਗੜ੍ਹ ਵੱਲ ਵਧੇ ਜਾਂ ਰੇਲਵੇ ਸਟੇਸ਼ਨ 'ਤੇ ਹੱਲਾ ਕਰੇ ਤਾਂ ਫੌਜ ਬੇਝਿਜਕ ਫਾਇਰ ਖੋਲ੍ਹ ਦੇਵੇ। 5 ਅਪ੍ਰੈਲ ਨੂੰ ਕੈਪਟਨ ਐਫ ਸੀ ਬ੍ਰਿਗਜ ਵੱਲੋਂ ਜਲੰਧਰੋਂ ਭੇਜੇ 59 ਸਿੱਖ ਰੈਜੀਮੈਂਟ ਦੇ 20 ਜਵਾਨਾਂ ਦਾ ਪਹਿਰਾ ਰੇਲਵੇ ਸਟੇਸ਼ਨ 'ਤੇ ਲਾਇਆ ਗਿਆ। ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਖਾਸ ਖਿਆਲ ਇਸ ਕਰਕੇ ਰੱਖਿਆ ਗਿਆ ਤਾਂ ਜੋ ਅੰਮ੍ਰਿਤਸਰ ਦਾ ਬਾਕੀ ਪੰਜਾਬ ਨਾਲ ਜ਼ਮੀਨੀ ਸੰਪਰਕ ਕਾਇਮ ਰੱਖਿਆ ਜਾ ਸਕੇ ਅਤੇ ਹਾਲਾਤ ਹੱਥੋਂ ਨਿਕਲ ਜਾਣ ਦੀ ਸੂਰਤ ਵਿੱਚ ਯੂਰਪੀਅਨਾਂ ਨੂੰ ਸ਼ਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਪ੍ਰਸ਼ਾਸਨ ਨੇ 10 ਤਾਰੀਖ ਨੂੰ ਡਿਪੋਰਟੇਸ਼ਨ ਤੋਂ ਬਾਅਦ ਦੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰੀ ਤਾਂ ਕੀਤੀ, ਪਰ ਦਿਲੋਂ ਉਹ ਮੰਨਦੇ ਸਨ ਕਿ ਹਾਲਾਤ ਖਰਾਬ ਨਹੀਂ ਹੋਣਗੇ। ਸਿੱਟੇ ਵਜੋਂ 9 ਦੀ ਰਾਤ ਨੂੰ ਸ਼ਹਿਰ ਵਿੱਚੋਂ ਕਿਸੇ ਵੀ ਯੂਰਪੀਅਨ ਨੂੰ ਕਿਲ੍ਹੇ ਵਿੱਚ ਲਿਆਉਣਾ ਜ਼ਰੂਰੀ ਨਾ ਸਮਝਿਆ ਗਿਆ। ਗੋਰਿਆਂ ਨੂੰ ਅਗਲੇ ਦਿਨ ਸ਼ਹਿਰ ਵਿੱਚ ਆਮ ਵਾਂਗ ਨਾ ਨਿਕਲਣ ਬਾਰੇ ਚੇਤਾਵਨੀ ਦੇਣ ਲਈ ਸੋਚਿਆ ਤਾਂ ਗਿਆ ਪਰ ਦੱਸਿਆ ਨਾ ਗਿਆ। ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤੀ ਫੌਜ ਦੀ ਮੰਗ ਨੂੰ ਫੌਰੀ ਗੰਭੀਰਤਾ ਨਾਲ ਨਾ ਲਿਆ। ਇਹ ਸਮਝਿਆ ਗਿਆ ਕਿ ਦੋਵਾਂ ਡਾਕਟਰਾਂ ਦੀ ਡਿਪੋਰਟੇਸ਼ਨ ਨੂੰ ਸਿਰੇ ਲਾਉਣ ਲਈ ਹੀ ਜਨਰਲ ਡਿਮਾਂਡ ਕੀਤੀ ਗਈ ਹੈ। ਸ਼ਹਿਰ ਦੇ ਬਾਕੀ ਹਾਲਾਤਾਂ ਬਾਰੇ ਕੋਈ ਅੰਦਾਜ਼ਾ ਨਾ ਲਾਇਆ ਗਿਆ। ਸੀਨੀਅਰ ਅਧਿਕਾਰੀ ਇਸ ਸੱਚਾਈ ਤੋਂ ਭਲੀ ਭਾਂਤ ਜਾਣੂ ਸਨ ਕਿ ਉਹਨਾਂ ਕੋਲ ਫੌਜ ਅਤੇ ਪੁਲਿਸ ਦੀ ਨਫ਼ਰੀ ਨਾ ਕਾਫੀ ਹੈ। ਅੰਮ੍ਰਿਤਸਰ ਵਿੱਚ ਉਸ ਦਿਨ ਸੋਮਰਸੈਟ ਲਾਈਟ ਇਨਫੈਂਟਰੀ ਦੀ 1 ਕੰਪਨੀ, ਗੈਰੀਸਨ ਆਰਟਲਰੀ ਦੀ 1/2 ਕੰਪਨੀ ਅਤੇ ਰੋਇਲ ਆਰਟਲਰੀ 12th ਐਮੂਨੀਸ਼ਨ ਕਾਲਮ ਦੇ ਕੁਛ ਜਵਾਨ ਮੌਜੂਦ ਸਨ।
10 ਤਾਰੀਖ ਨੂੰ ਸਵੇਰੇ ਕੁਝ ਫੇਰ ਬਦਲ ਕਰਦਿਆਂ ਕੈਪਟਨ ਮੈਸੀ ਨੇ ਰਾਇਲ ਆਰਟਲਰੀ 12th ਐਮਨੀਸ਼ਨ ਕਾਲਮ ਦੇ 50 ਜਵਾਨ ਅਤੇ ਸੋਮਰਸੈਟ ਲਾਈਟ ਇਨਫੈਂਟਰੀ ਵਿੱਚੋਂ 40 ਜਵਾਨ ਰਾਮਬਾਗ ਵਿਖੇ ਰਿਜ਼ਰਵ ਰੱਖ ਲਏ। ਜਲੰਧਰ ਤੋਂ ਆਏ 59 ਸਿੱਖ ਰੈਜੀਮੈਂਟ ਦੇ 20 ਜਵਾਨਾਂ ਤੋਂ ਇਲਾਵਾ ਉਸ ਕੋਲ ਕੁੱਲ 180 ਜਵਾਨ ਬਾਕੀ ਬਚਦੇ ਸਨ, ਜਿਨ੍ਹਾਂ ਦੇ ਮੋਢਿਆਂ 'ਤੇ 1.5 ਲੱਖ ਦੀ ਆਬਾਦੀ ਵਾਲੇ ਸ਼ਹਿਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੀ। ਅੰਮ੍ਰਿਤਸਰ ਗੈਰੀਸਨ ਆਰਟਲਰੀ ਦੇ ਕਮਾਂਡਰ ਨੇ ਕੀਤੇ ਗਏ ਇੰਤਜ਼ਾਮਾਂ ਦਾ ਆਖਰੀ ਵਾਰ ਮੁਆਇਨਾ ਕਰਕੇ ਆਪਣੀ ਤਸੱਲੀ ਪ੍ਰਗਟ ਕੀਤੀ। ਉੱਧਰ ਅੱਜ ਸਵੇਰੇ ਸਾਜਰੇ 8 ਵਜੇ ਦੋਵਾਂ ਡਾਕਟਰਾਂ ਨੂੰ ਡਿਪਟੀ ਕਮਿਸ਼ਨਰ ਦਾ ਸੰਖੇਪ ਸੁਨੇਹਾ ਮਿਲ ਚੁੱਕਿਆ ਸੀ, ਜਿਸ ਵਿੱਚ 10 ਵਜੇ ਮਿਸਟਰ ਇਰਵਿੰਗ ਦੇ ਘਰ ਆ ਕੇ ਮਿਲਣ ਦੀ ਤਾਕੀਦ ਸੀ। 10 ਵਜਣ ਵਿੱਚ 15 ਮਿੰਟ ਬਾਕੀ ਸਨ। 9:45 'ਤੇ ਕੈਪਟਨ ਮੈਸੀ ਖੁਦ ਸੋਮਰਸੈਟ ਲਾਈਟ ਇਨਫੈਂਟਰੀ ਦੇ ਕੁਝ ਘੋੜਸਵਾਰ ਫੌਜੀਆਂ ਸਮੇਤ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਦੇ ਘਰ ਪਹੁੰਚ ਚੁੱਕਿਆ ਸੀ। ਜਦੋਂ ਡਾਕਟਰ ਸੈਫੁਦੀਨ ਕਿਚਲੂ DC ਨੂੰ ਮਿਲਣ ਲਈ ਆਪਣੇ ਘਰ ਢਾਬ ਖਟੀਕਾਂ ਤੋਂ ਨਿਕਲਣ ਲੱਗੇ ਤਾਂ ਅਚਾਨਕ ਹੰਸਰਾਜ ਆ ਮਿਲਿਆ। ਅਜੇ 4 ਦਿਨ ਪਹਿਲਾਂ ਹੀ ਹੰਸਰਾਜ ਨੇ ਵਿਕਟਾਂ ਅਤੇ ਪਿੱਚ ਪੱਟ ਕੇ ਇੱਕ ਕ੍ਰਿਕਟ ਮੈਚ ਰੱਦ ਕਰਵਾਇਆ ਸੀ। ਹੰਸਰਾਜ 23 ਸਾਲਾਂ ਦਾ ਇੱਕ ਨੌਜਵਾਨ ਸੀ। ਡਾਕਟਰ ਕਿਚਲੂ ਹੰਸਰਾਜ ਨੂੰ ਵੇਖ ਕੇ ਹੈਰਾਨ ਨਾ ਹੋਏ। ਪਿਛਲੀਆਂ 2 ਹੜਤਾਲਾਂ ਵਿੱਚ ਹੰਸਰਾਜ ਦਾ ਸਰਗਰਮ ਰੋਲ ਸੀ। ਅਜੇ 48 ਘੰਟੇ ਪਹਿਲਾਂ ਹੀ ਹੰਸਰਾਜ ਨੂੰ ਸੱਤਿਆਗ੍ਰਹਿ ਸੂਬਾ ਕਮੇਟੀ ਦਾ ਜੁਆਇੰਟ ਸੈਕਟਰੀ ਬਣਾਇਆ ਗਿਆ ਸੀ। ਹੰਸਰਾਜ ਦਾ ਰਾਜਨੀਤੀ ਵੱਲ ਝੁਕਾਅ ਅਚਨਚੇਤ ਹੋਇਆ ਲੱਗਦਾ ਸੀ। ਆਮ ਲੋਕਾਂ ਵਿੱਚ ਹੰਸਰਾਜ ਦੀ ਬਹੁਤੀ ਇੱਜ਼ਤ ਨਹੀਂ ਸੀ। ਉਸਦੀ ਮਾਂ ਦਾ ਚਾਲ ਚੱਲਣ ਠੀਕ ਨਾ ਹੋਣ ਕਰਕੇ ਉਸ ਨੂੰ ਮਾਂ ਦੀ ਕਮਾਈ 'ਤੇ ਪਲਣ ਵਾਲਾ ਇੱਕ ਨਿਕੰਮਾ ਸ਼ਖਸ ਗਿਣਿਆ ਜਾਂਦਾ ਸੀ। ਹੰਸਰਾਜ ਖਰ ਦਿਮਾਗ ਵੀ ਨਹੀਂ ਸੀ। ਉਸਨੇ ਇੱਕ ਲੋਕਲ ਸਕੂਲ ਤੋਂ 10ਵੀਂ ਕੀਤੀ ਹੋਈ ਸੀ। ਉਸਨੂੰ ਇੱਕ ਵਾਰ ਨੌਰਥ ਵੈਸਟ ਰੇਲਵੇ ਦੀ ਟਿਕਟ ਕਲੈਕਟਰ ਦੀ ਨੌਕਰੀ ਤੋਂ ਅਤੇ ਇੱਕ ਵਾਰ ਯੂਨੀਅਨ ਕਲੱਬ ਦੀ ਨੌਕਰੀ ਤੋਂ ਚੋਰੀ ਦੇ ਇਲਜ਼ਾਮਾਂ ਅਧੀਨ ਕੱਢਿਆ ਜਾ ਚੁੱਕਿਆ ਸੀ। 23 ਮਾਰਚ ਤੱਕ ਡਾਕਟਰ ਸੈਫੁਦੀਨ ਕਿਚਲੂ ਹੰਸਰਾਜ ਨੂੰ ਸਿਰਫ ਪਛਾਣਦਾ ਤਾਂ ਸੀ ਪਰ ਜਾਣਦਾ ਨਹੀਂ ਸੀ। 23 ਮਾਰਚ ਤੋਂ ਬਾਅਦ ਹੰਸਰਾਜ ਨੇ ਕਾਫ਼ੀ ਸਰਗਰਮੀ ਵਿਖਾਈ, ਜਿਸ ਕਰਕੇ ਉਹ ਸਭ ਦੀਆਂ ਨਜ਼ਰਾਂ 'ਚ ਆ ਗਿਆ ਸੀ। ਡਾਕਟਰ ਕਿਚਲੂ ਨੂੰ ਹੰਸਰਾਜ ਦੇ ਨਾਲ ਚੱਲਣ ਵਿੱਚ ਕੋਈ ਪਰੇਸ਼ਾਨੀ ਨਾ ਹੋਈ। ਹੰਸਰਾਜ ਛਾਲ ਮਾਰ ਕੇ ਟਾਂਗੇ ਵਿੱਚ ਬੈਠ ਗਿਆ। ਕੁਝ ਅਜਿਹੇ ਵੀ ਲੋਕ ਸਨ ਜੋ ਹੰਸਰਾਜ ਬਾਰੇ ਖੁੱਲ੍ਹ ਕੇ ਸ਼ੰਕਾ ਜ਼ਾਹਰ ਕਰਦੇ ਸਨ। ਅਜੇ ਬਹੁਤਾ ਚਿਰ ਨਹੀਂ ਸੀ ਹੋਇਆ ਜਦੋਂ ਹੰਸਰਾਜ ਸ਼ਹਿਰੀ ਪੁਲਿਸ, ਜਿਸ ਦੀ ਅੰਮ੍ਰਿਤਸਰ ਦੇ ਸ਼ਹਿਰੀਆਂ ਦੇ ਮਨਾਂ ਵਿੱਚ ਬਹੁਤੀ ਇੱਜ਼ਤ ਨਹੀਂ ਸੀ, ਵਿੱਚ ਭਰਤੀ ਹੋਣ ਲਈ ਗਿਆ ਸੀ ਪਰ ਸਫਲ ਨਹੀਂ ਸੀ ਹੋ ਸਕਿਆ। ਹੰਸਰਾਜ ਨੂੰ ਸੁਪਰਡੈਂਟ ਆਫ ਪੁਲਿਸ ਮਿਸਟਰ ਰੀਹਲ ਨੇ ਖੁਦ ਇੰਟਰਵਿਊ ਕੀਤਾ ਸੀ। ਕਹਿੰਦੇ ਹਨ ਕਿ ਹੰਸਰਾਜ ਨੂੰ ਪੁਲਿਸ ਭਰਤੀ ਦੀ ਵੇਟਿੰਗ ਲਿਸਟ ਦੇ ਵਿੱਚ ਰੱਖਿਆ ਹੋਇਆ ਸੀ ਪਰ ਇਸ ਗੱਲ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਸੀ। ਪਿਆਰੇ ਮੋਹਨਦਾਸ ਸਮੇਤ ਕਈ ਇਤਿਹਾਸਕਾਰ ਇਸ ਗੱਲ ਨਾਲ ਇਤਫਾਕ ਰੱਖਦੇ ਹਨ ਕਿ ਹੰਸਰਾਜ ਖੁਫੀਆ ਪੁਲਿਸ ਦਾ ਮੁਖਬਰ ਸੀ। ਡਾਕਟਰ ਸਤਪਾਲ ਹੰਸਰਾਜ ਤੋਂ ਮਦਦ ਤਾਂ ਲੈ ਲੈਂਦਾ ਸੀ ਪਰ ਉਹਦੀ ਸੰਗਤ ਪਸੰਦ ਨਹੀਂ ਸੀ ਕਰਦਾ। ਖੈਰ ਡਾਕਟਰ ਸਤਪਾਲ ਵੀ 10 ਵਜਣ ਤੋਂ ਕੁਝ ਮਿੰਟ ਪਹਿਲਾਂ ਹਾਲ ਗੇਟ ਨੇੜਲੇ ਆਪਣੇ ਘਰ ਤੋਂ ਕੁਝ ਦੋਸਤਾਂ ਨਾਲ DC ਨੂੰ ਮਿਲਣ ਲਈ ਚੱਲ ਪਿਆ। ਦ ਬੁੱਚੜ ਆਫ ਅੰਮ੍ਰਿਤਸਰ ਕਿਤਾਬ ਮੁਤਾਬਕ ਜੰਗ ਦੌਰਾਨ ਭਾਰਤੀ ਫੌਜ ਵਿੱਚ ਸੀਨੀਅਰ ਡਾਕਟਰ ਵਜੋਂ ਕੰਮ ਕਰ ਚੁੱਕਿਆ ਡਾਕਟਰ ਸਤਪਾਲ ਇੱਕ ਕੱਟੜ ਹਿੰਦੂ, ਆਰੀਆ ਸਮਾਜ ਦਾ ਸਰਗਰਮ ਕਾਰਕੁਨ ਹੋਣ ਤੋਂ ਇਲਾਵਾ ਕਈ ਹਿੰਦੂ ਜਥੇਬੰਦੀਆਂ ਦਾ ਮੈਂਬਰ ਵੀ ਸੀ।
ਤਕਰੀਬਨ 10 ਵਜੇ ਦੋਵੇਂ ਡਾਕਟਰ ਡਿਪਟੀ ਕਮਿਸ਼ਨਰ ਮਿਸਟਰ ਇਰਵਿੰਗ ਦੇ ਘਰ ਪਹੁੰਚ ਗਏ। ਅੰਦਰ ਜਾਣ ਸਾਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਿਰਫ ਮੀਟਿੰਗ ਨਹੀਂ, ਕੁਝ ਹੋਰ ਵੀ ਹੈ। ਮਿਸਟਰ ਰੀਹਲ ਦੇ ਨਾਲ ਪੁਲਿਸ ਦੇ ਕੁਝ ਜਵਾਨ ਸ਼ਿਕਾਰੀਆਂ ਵਾਲੀਆਂ ਵਰਦੀਆਂ ਪਾਈ ਖੜ੍ਹੇ ਸਨ। ਬਿਨਾਂ ਕਿਸੇ ਰਸਮ ਦੇ ਉਹਨਾਂ ਸਿੱਧੀ ਮੁੱਦੇ ਦੀ ਗੱਲ ਛੇੜਦਿਆਂ ਦੱਸਣਾ ਸ਼ੁਰੂ ਕੀਤਾ ਕਿ ਤੁਹਾਡਾ ਦੋਵਾਂ ਦਾ ਸ਼ਹਿਰ ਵਿੱਚ ਰਹਿਣਾ ਜਨਤਾ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦਾ ਹੈ, ਇਸ ਲਈ ਤੁਹਾਨੂੰ ਕਿਸੇ ਅਣਦੱਸੀ ਥਾਂ 'ਤੇ ਡਿਪੋਰਟ ਕੀਤਾ ਜਾਂਦਾ ਹੈ। ਜਦੋਂ ਡਾਕਟਰ ਵਿਰੋਧ ਕਰਨ ਲੱਗੇ ਤਾਂ ਦੱਸਿਆ ਗਿਆ ਕਿ ਕੋਈ ਫਾਇਦਾ ਨਹੀਂ, ਇਹ ਹੁਕਮ ਲੈਫਟੀਨੈਂਟ ਗਵਰਨਰ ਵੱਲੋਂ ਖੁਦ ਆਏ ਹਨ। ਡਾਕਟਰ ਨੇ ਕਿਹਾ ਕਿ ਉਹ ਆਪਣੇ ਘਰ ਵਾਲਿਆਂ ਨੂੰ ਸੁਨੇਹਾ ਭੇਜਣਾ ਚਾਹੁੰਦੇ ਹਨ। ਇਰਵਿੰਗ ਸਹਿਮਤ ਹੋ ਗਿਆ ਅਤੇ ਭਰੋਸਾ ਦਿੱਤਾ ਕਿ ਇਹਨਾਂ ਸੁਨੇਹਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾ ਦੇਵੇਗਾ। ਦੋਵਾਂ ਡਾਕਟਰਾਂ ਨੂੰ ਕਾਗਜ਼ 'ਤੇ ਪੈਨ ਦਿੱਤੇ ਗਏ। ਸਤਪਾਲ ਨੇ 2 ਚਿੱਠੀਆਂ ਲਿਖੀਆਂ, ਇੱਕ ਆਪਣੇ ਪਿਤਾ ਨੂੰ ਅਤੇ ਇੱਕ ਪਰਿਵਾਰ ਮਿੱਤਰਾਂ ਨੂੰ। ਆਪਣੇ ਪਿਤਾ ਲਈ ਉਸਨੇ ਲਿਖਿਆ, ਮੇਰੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ, ਮੈਨੂੰ ਕਿਸੇ ਅਣਦੱਸੀ ਥਾਂ 'ਤੇ ਭੇਜਿਆ ਜਾ ਰਿਹਾ ਹੈ, ਮੈਂ ਉੱਥੋਂ ਵੀ ਲਿਖਦਾ ਰਹਾਂਗਾ। ਆਪਣਾ ਦਿਮਾਗ ਸ਼ਾਂਤ ਰੱਖਿਓ ਅਤੇ ਦੁਖੀ ਨਾ ਹੋਇਓ, ਮੈਂ ਬਹੁਤ ਖੁਸ਼ ਹਾਂ। ਦੋਵਾਂ ਡਾਕਟਰਾਂ ਨੂੰ ਬਾਹਰ ਉਡੀਕ 'ਚ ਖੜ੍ਹੀਆਂ 2 ਕਾਰਾਂ ਵਿੱਚ ਬਿਠਾ ਕੇ ਛੇਤੀ ਰਵਾਨਾ ਕਰ ਦਿੱਤਾ ਗਿਆ। ਸੁਨੇਹਿਆਂ ਵਾਲੇ ਦੋਵੇਂ ਕਾਗਜ਼ ਡਿਪਟੀ ਕਮਿਸ਼ਨਰ ਮਾਇਲਜ ਇਰਵਿੰਗ ਨੇ ਘਰੋਂ ਘਰੀ ਪਹੁੰਚਾਉਣ ਲਈ ਹੰਸਰਾਜ ਨੂੰ ਫੜਾ ਦਿੱਤੇ। ਜਦੋਂ ਘਰੇ ਪੁੱਛਿਆ ਗਿਆ ਤਾਂ ਹੰਸਰਾਜ ਨੇ ਕਿਹਾ ਕਿ ਡਾਕਟਰ ਕਿਚਲੂ ਜਦੋਂ ਇਰਵਿੰਗ ਦੇ ਘਰ ਬੈਠੇ ਸਨ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜੇ ਸਾਨੂੰ ਰਿਪੋਰਟ ਕੀਤਾ ਗਿਆ ਤਾਂ ਲੋਕ ਬਦਲਾ ਜ਼ਰੂਰ ਲੈਣਗੇ, ਅਤੇ ਇਹੀ ਗੱਲ ਡਾਕਟਰ ਸਤਪਾਲ ਨੇ ਵੀ ਕਹੀ ਸੀ। ਡਾਕਟਰ ਸਤਪਾਲ ਦਾ ਪਿਤਾ ਬੜਾ ਹੈਰਾਨ ਹੋਇਆ ਕਿ ਮੇਰੇ ਪੁੱਤਰ ਵੱਲੋਂ ਮੈਨੂੰ ਭੇਜੀ ਚਿੱਠੀ ਵਿੱਚ ਤਾਂ ਬਦਲਾ ਲੈਣ ਵਰਗੀ ਕੋਈ ਗੱਲ ਨਹੀਂ ਲਿਖੀ। ਸਾਕੇ ਤੋਂ ਬਾਅਦ ਡਿਸਆਰਡਰ ਇਨਕੁਆਇਰੀ ਕਮੇਟੀ ਦੀ ਜਾਂਚ ਦੌਰਾਨ ਦੋਵਾਂ ਡਾਕਟਰਾਂ ਨੇ ਹੰਸਰਾਜ ਨਾਲ ਅਜਿਹੀ ਕੋਈ ਵੀ ਗੱਲ ਹੋਣ ਤੋਂ ਇਨਕਾਰ ਕੀਤਾ। ਹੰਸਰਾਜ ਨੇ ਛੇਤੀ ਛੇਤੀ ਮਿਸਟਰ ਗਾਂਧੀ ਅਤੇ ਇੰਡੀਅਨ ਪ੍ਰੈਸ ਰਿਪੋਰਟਿੰਗ ਐਸੋਸੀਏਸ਼ਨ ਨੂੰ ਡਾਕਟਰ ਕਿਚਲੂ ਅਤੇ ਡਾਕਟਰ ਸਤਪਾਲ ਦੀ ਡਿਪੋਰਟੇਸ਼ਨ ਬਾਰੇ ਟੈਲੀਗ੍ਰਾਮਸ ਭੇਜ ਦਿੱਤੀਆਂ ਅਤੇ ਇੱਕ ਘੋੜਾ ਗੱਡੀ ਕਿਰਾਏ 'ਤੇ ਲੈ ਕੇ ਸ਼ਹਿਰ ਵਿੱਚ ਵੀ ਇਹ ਖਬਰ ਫੈਲਾ ਦਿੱਤੀ। ਇਹ ਵੀ ਕਿਹਾ ਕਿ ਡਾਕਟਰ ਹਾਫਿਜ਼ ਮੁਹੰਮਦ ਬਸ਼ੀਰ ਦਾ ਹੁਕਮ ਹੈ ਕਿ ਇਰਵਿੰਗ ਦੇ ਘਰ ਅੱਗੇ ਇਕੱਠੇ ਹੋਵੋ ਅਤੇ ਦੋਵਾਂ ਡਾਕਟਰਾਂ ਦੀ ਰਿਹਾਈ ਦੀ ਮੰਗ ਕਰੋ। ਸਾਕੇ ਤੋਂ ਬਾਅਦ ਆਪਣੇ ਉੱਤੇ ਪੈ ਕੇਸਾਂ ਦੀ ਪੈਰਵਾਈ ਦੌਰਾਨ ਮੁਹੰਮਦ ਬਸ਼ੀਰ ਨੇ ਦੱਸਿਆ ਕਿ ਉਸਨੇ ਅਜਿਹਾ ਕੋਈ ਹੁਕਮ ਨਹੀਂ ਸੀ ਦਿੱਤਾ। 11:30 ਵਜੇ ਡਿਪਟੀ ਸੁਪਰਡੈਂਟ ਪਲੂੰਬਰ ਨੂੰ ਇੱਕ ਫੋਨ ਆਇਆ ਕਿ ਲੋਕਾਂ ਦਾ ਇੱਕ ਵੱਡਾ ਹਜੂਮ ਐਟਕਿਸਨ ਪਾਰਕ ਵੱਲ ਵੱਧ ਰਿਹਾ ਹੈ। ਪਲੂੰਬਰ ਨੇ ਤੁਰੰਤ ਇਹ ਖਬਰ ਮਾਇਲ ਇਰਵਿੰਗ ਨੂੰ ਦਿੱਤੀ। ਉਦੋਂ ਤੱਕ ਭੀੜ ਦੁਕਾਨਾਂ ਬੰਦ ਕਰਵਾਉਂਦੀ ਹੋਈ ਹਾਲ ਬਾਜ਼ਾਰ ਤੋਂ ਹਾਲ ਗੇਟ ਹੋ ਕੇ ਹਾਲ ਬ੍ਰਿਜ 'ਤੇ ਪਹੁੰਚ ਗਈ। 1 ਵਜੇ ਦੇ ਕਰੀਬ ਵੇਖਿਆ ਗਿਆ ਕਿ ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ ਸਾਰੇ ਪਾਸਿਆਂ ਤੋਂ ਹਜੂਮ ਆ ਰਹੇ ਹਨ। ਮਿਸਟਰ ਪਲੂੰਬਰ ਦੇ ਅੰਦਾਜ਼ੇ ਮੁਤਾਬਕ ਲੋਕਾਂ ਦਾ ਇਕੱਠ 30,000 ਦੇ ਕਰੀਬ ਸੀ। VN ਦੱਤ ਇਹ ਗਿਣਤੀ 50,000 ਦੱਸਦੇ ਹਨ। ਭੀੜ ਦੀ ਪਛਾਣ ਬਾਰੇ ਉਹਨਾਂ ਦੀ ਸ਼ਬਦਾਵਲੀ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਉਹ ਲਿਖਦੇ ਹਨ, ਇਹਨਾਂ ਗ੍ਰਿਫਤਾਰੀਆਂ ਦੀ ਖਬਰ ਸੁਣ ਕੇ ਉਹ ਟੁਕੜੀਆਂ ਇਕੱਠੀਆਂ ਹੋ ਕੇ 50,000 ਦਾ ਹਜੂਮ ਬਣ ਗਈਆਂ। ਇਹ ਲੋਕ ਸਿਰਾਂ ਤੋਂ ਨੰਗੇ ਅਤੇ ਬਿਲਕੁਲ ਨਿਹੱਥੇ ਸਨ। ਭੀੜ ਪੁਲ ਪਾਰ ਕਰਕੇ ਸਿਵਲ ਲਾਈਨਸ 'ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਘੋੜਸਵਾਰ ਫੌਜ ਦੇ ਘੋੜਿਆਂ ਦੀਆਂ ਨਾਸਾਂ ਵਿੱਚ ਸੋਟੀਆਂ ਮਾਰ ਕੇ ਘੋੜੇ ਡਰਾ ਲੈ ਗਏ ਅਤੇ ਹਾਲ ਬ੍ਰਿਜ 'ਤੇ ਖੜ੍ਹੀ ਘੋੜਸਵਾਰ ਪੁਲਿਸ ਤਕਰੀਬਨ 100 ਗਜ਼ ਪਿੱਛੇ ਹਟ ਗਈ।
ਸੜਕਾਂ ਪੱਕੀਆਂ ਕਰਨ ਲਈ ਰੱਖੀਆਂ ਇੱਟਾਂ ਨਾਲ ਚੌਂ ਪਾਸਿਓਂ ਪੁਲਿਸ 'ਤੇ ਪਥਰਾਅ ਸ਼ੁਰੂ ਹੋ ਗਿਆ ਸੀ। ਫੌਜੀ ਦ੍ਰਿਸ਼ਟੀ ਤੋਂ ਇਸ ਪੁਲ 'ਤੇ ਕਬਜ਼ਾ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਸੀ। ਜੇ ਇੱਕ ਵਾਰ ਭੀੜ ਪੁਲ ਪਾਰ ਕਰ ਜਾਂਦੀ ਤਾਂ ਫਿਰ ਸਿਵਲ ਲਾਈਨਜ਼ ਨੂੰ ਸੰਭਾਲਣਾ ਬਹੁਤ ਔਖਾ ਸੀ। ਕੈਪਟਨ ਮੈਸੀ ਇੱਕਦਮ ਰਾਮਬਾਗ 'ਚੋਂ ਰਿਜ਼ਰਵ ਫੋਰਸ ਲੈਣ ਲਈ ਭੱਜਿਆ। ਪਲਾਂ ਵਿੱਚ ਹੀ ਲੈਫਟੀਨੈਂਟ ਡਿੱਕੀ ਦੀ ਅਗਵਾਈ ਵਿੱਚ ਇੱਕ ਟੁਕੜੀ ਨੇ ਬ੍ਰਿਜ 'ਤੇ ਆ ਕੇ ਪੁਜੀਸ਼ਨਾਂ ਸੰਭਾਲ ਲਈਆਂ। ਝੜਪ ਵਧਣ 'ਤੇ ਅਸਿਸਟੈਂਟ ਕਮਿਸ਼ਨਰ ਮਿਸਟਰ ਕੂਨਰ ਨੇ ਲੈਫਟੀਨੈਂਟ ਡਿੱਕੀ ਨੂੰ ਕਿਹਾ ਕਿ ਭੀੜ ਸਿਵਲ ਲਾਈਨ 'ਚ ਦਾਖਲ ਨਹੀਂ ਹੋਣੀ ਚਾਹੀਦੀ, ਗੋਲੀ ਚਲਾਉਣਾ ਤੇਰੀ ਡਿਊਟੀ ਹੈ। ਉਸ ਤੋਂ ਬਾਅਦ ਦੋ ਸਿਪਾਹੀ ਘੋੜਿਆਂ ਤੋਂ ਉਤਰੇ ਅਤੇ ਇੱਕ ਪੁਲੀ ਦੀ ਆੜ ਲੈ ਕੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ 3 ਤੋਂ 4 ਵਿਖਾਵਾਕਾਰੀ ਮਾਰੇ ਗਏ ਅਤੇ ਕੁਝ ਜ਼ਖਮੀ ਵੀ ਹੋਏ। 1 ਵਜੇ ਦੇ ਕਰੀਬ ਡਿਪਟੀ ਸੁਪਰਡੈਂਟ ਮਿਸਟਰ ਪਲੂਮਰ ਵੀ 24 ਪੈਦਲ ਅਤੇ 7 ਘੋੜ ਸਵਾਰ ਸਿਪਾਹੀਆਂ ਨੂੰ ਨਾਲ ਲੈ ਕੇ ਆ ਗਿਆ। ਅੰਮ੍ਰਿਤਸਰ ਵਾਰ ਦੇ ਵਕੀਲਾਂ ਸਰਦਾਰ ਗੁਰਦਿਆਲ ਸਿੰਘ ਸਲਾਰੀਆ ਅਤੇ ਮਕਬੂਲ ਮਹਿਬੂਦ ਨੇ ਪੁਲਿਸ ਨੂੰ ਗੋਲੀ ਨਾ ਚਲਾਉਣ ਲਈ ਹੱਥ ਜੋੜੇ ਅਤੇ ਭੀੜ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਕੋਈ ਬੱਸ ਨਾ ਚੱਲਦਾ ਵੇਖ ਕੇ ਭੀੜ ਇੱਥੋਂ ਇੱਕ ਵਾਰ ਫਿਰ ਸ਼ਹਿਰ ਵਾਲੇ ਪਾਸੇ ਮੁੜਨ ਲੱਗੀ। 2 ਵਜੇ ਦੇ ਕਰੀਬ ਵੱਡਾ ਹਜੂਮ ਇੱਟਾਂ ਰੋੜੇ ਲੈ ਕੇ ਫਿਰ ਹਾਲ ਬ੍ਰਿਜ ਵੱਲ ਆਉਂਦਾ ਦਿਸਿਆ। ਇਸ ਵਾਰ ਖੂਨ ਖਰਾਬਾ ਵੱਧ ਗਿਆ। ਮਿਸਟਰ ਪਲੂਮਰ ਦੀ ਟੁਕੜੀ ਵੱਲੋਂ ਕੀਤੀ ਫਾਇਰਿੰਗ ਵਿੱਚ 15 ਤੋਂ 20 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਕੁਝ ਦੀ ਮੌਤ ਹੋ ਗਈ। ਉਦੋਂ ਸਿਵਲ ਲਾਈਨ ਤੱਕ ਜਾਣ ਲਈ 2 ਹੀ ਰਾਹ ਸਨ, ਇੱਕ ਫੁੱਟ ਬ੍ਰਿਜ ਅਤੇ ਦੂਜਾ ਕੈਰਿਜ ਬ੍ਰਿਜ ਜਾਂ ਹਾਲ ਬ੍ਰਿਜ। ਬਾਕੀ ਸਾਰੀ ਜਗ੍ਹਾ ਰੇਲਵੇ ਪੱਟੜੀ ਸੀ। ਦੋਨਾਂ ਪੁਲਾਂ ਉੱਤੇ ਪ੍ਰਸ਼ਾਸਨ ਨੇ ਇੱਕ ਵਾਰ ਮੁਕੰਮਲ ਕਬਜ਼ਾ ਕਰ ਲਿਆ ਸੀ। ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਇੱਕੋ ਸਮੇਂ ਕਈ ਕੁਝ ਵਾਪਰ ਰਿਹਾ ਸੀ। CID ਦੇ 15 ਅਫਸਰਾਂ ਵਿੱਚੋਂ ਅੱਜ ਕੋਈ ਵੀ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਰਿਪੋਰਟ ਨਹੀਂ ਸੀ ਭੇਜ ਰਿਹਾ। ਉਹਨਾਂ ਨੂੰ ਡਰ ਸੀ ਕਿ ਸ਼ਾਇਦ ਉਹ ਲੋਕਾਂ ਵਿੱਚ ਪਛਾਣੇ ਹੋਏ ਚਿਹਰੇ ਹਨ ਅਤੇ ਨਿਸ਼ਾਨਾ ਬਣਾਏ ਜਾ ਸਕਦੇ ਹਨ। ਸਿਵਲ ਸਰਜਨ ਲੈਫਟੀਨੈਂਟ ਕਰਨਲ ਹੈਨਰੀ ਸਮਿਥ ਦੀ ਹੰਟਰ ਕਮਿਸ਼ਨ ਕੋਲ ਦਿੱਤੀ ਗਵਾਹੀ ਅਨੁਸਾਰ ਜਦੋਂ ਪਹਿਲੀ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਹਸਪਤਾਲ ਵਿੱਚ ਚਿੱਟੇ ਮੋਤੀਏ ਦਾ ਓਪਰੇਸ਼ਨ ਕਰ ਰਿਹਾ ਸੀ। ਉਹਦੇ ਸਹਾਇਕ ਨੇ ਕਿਹਾ, ਦੇ ਆਰ ਫਾਇਰਿੰਗ ਸਰ, ਸਰ ਉਹ ਗੋਲੀ ਚਲਾ ਰਹੇ ਹਨ। ਕਰਨਲ ਸਮਿਥ ਨੇ ਡਿਪਟੀ ਸੁਪਰਡੈਂਟ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਤਾਰਾਂ ਕੱਟ ਦਿੱਤੀਆਂ ਗਈਆਂ ਸਨ। ਉਹਨੇ ਆਪਣੀ ਐਂਬੂਲੈਂਸ ਰਾਹੀਂ ਲਗਭਗ 30 ਤੋਂ 40 ਮਿਸ਼ਨਰੀ ਨਰਸਾਂ ਅਤੇ ਬੱਚਿਆਂ ਨੂੰ ਕਿਲ੍ਹੇ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ। ਜਦੋਂ ਉਹ ਗਰਲਜ਼ ਸਕੂਲ ਵਿੱਚ ਦੁਬਾਰਾ ਗੇੜਾ ਲਾਉਣ ਆਇਆ ਤਾਂ ਭੀੜ ਨੇ ਉਸ 'ਤੇ ਹਮਲਾ ਕਰ ਦਿੱਤਾ, ਪਰ ਉਹ ਆਪਣੀ ਐਂਬੂਲੈਂਸ ਰਾਹੀਂ ਭੱਜ ਨਿਕਲਿਆ। ਉਸੇ ਸਮੇਂ ਘੋੜਸਵਾਰ ਪੁਲਿਸ ਆ ਗਈ ਅਤੇ ਕਰਨਲ ਬਚ ਗਿਆ। ਟੈਲੀਗ੍ਰਾਫ ਐਕਸਚੇਂਜ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਗਿਆ। ਟੈਲੀਗ੍ਰਾਫ ਮਾਸਟਰ ਮਿਸਟਰ ਪਿੰਟੋ 'ਤੇ ਵੀ ਹਮਲਾ ਕੀਤਾ ਗਿਆ, ਪਰ ਖੁਸ਼ਕਿਸਮਤੀ ਨਾਲ 54 ਸਿੱਖ ਰੈਜੀਮੈਂਟ ਦੇ ਇੱਕ ਜਵਾਨ ਨੇ ਉਸ ਨੂੰ ਬਚਾ ਲਿਆ। ਇਸ ਤੋਂ ਬਾਅਦ ਗੋਦਾਮ 'ਤੇ ਹਮਲਾ ਕਰਕੇ ਵੱਡੀ ਲੁੱਟਮਾਰ ਕੀਤੀ ਗਈ। ਗੋਦਾਮ ਦੇ ਗਾਰਡ ਰੋਬਿਨਸਨ ਨੂੰ ਫੜ ਕੇ ਬੇਰਹਿਮੀ ਨਾਲ ਕੁਚਲ ਕੇ ਕਤਲ ਕੀਤਾ ਗਿਆ। ਰੋਬਿਨਸਨ ਕੋਲ ਭੀੜ ਦਾ ਮੁਕਾਬਲਾ ਕਰਨ ਲਈ ਸਿਰਫ ਇੱਕ ਛਤਰੀ ਸੀ। ਜਦੋਂ ਉਸਦੀ ਲਾਸ਼ ਮਿਲੀ ਤਾਂ ਇਹ ਅਨੁਮਾਨ ਲਾਉਣਾ ਮੁਸ਼ਕਲ ਸੀ ਕਿ ਇਹ ਲਾਸ਼ ਕਿਸੇ ਮਨੁੱਖ ਦੀ ਹੈ ਜਾਂ ਕਿਸੇ ਹੋਰ ਦੀ। ਉਹ ਸਿਰਫ ਲਹੂ ਲਿਬੜੇ ਚੀਥੜਿਆਂ ਦੀ ਇੱਕ ਗੱਠੜੀ ਸੀ। ਟੈਲੀਫੋਨ ਅਤੇ ਬਿਜਲੀ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਮਿਸਟਰ ਬੈਨਟ ਸਟੇਸ਼ਨ ਸੁਪਰਡੈਂਟ ਜ਼ਖਮੀ ਹੋ ਗਿਆ ਪਰ ਬਚ ਨਿਕਲਿਆ। ਰੇਲ ਦੀ ਪਟੜੀ ਵੀ ਤੋੜ ਦਿੱਤੀ ਗਈ। ਮਲਕਾ ਵਿਕਟੋਰੀਆ ਦੇ ਬੁੱਤ 'ਤੇ ਵੀ ਹਮਲਾ ਕੀਤਾ ਗਿਆ। ਅਜੇ ਉਂਗਲ ਹੀ ਟੁੱਟੀ ਸੀ ਕਿ ਵਿੱਚੋਂ ਹੀ ਕਿਸੇ ਨੇ ਕਿਹਾ, ਇਹ ਤਾਂ ਬੜੀ ਨੇਕ ਮਲਕਾ ਸੀ, ਇਸ 'ਤੇ ਹਮਲਾ ਨਾ ਕਰੋ।
ਵਰਣਨਯੋਗ ਹੈ ਕਿ ਮਲਕਾ ਵਿਕਟੋਰੀਆ ਉਹੀ ਸੀ ਜਿਸ ਨੇ ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰਵਾਇਆ ਸੀ। ਹੈਰਾਨੀ ਦੀ ਗੱਲ ਸੀ ਕਿ ਉਸ ਦਿਨ ਜਿਉਂਦਿਆਂ ਦਾ ਖੂਨ ਮੰਗਣ ਵਾਲੀ ਭੀੜ ਇੱਕ ਬੁੱਤ ਦੀ ਨੇਕੀ ਦਾ ਲਿਹਾਜ਼ ਕਰ ਰਹੀ ਸੀ। ਦ ਅੰਮ੍ਰਿਤਸਰ ਮਾਸਕੇਰ ਦੇ ਲਿਖਾਰੀ ਐਲਫਰਡ ਡੈਪਰ ਦੇ ਦਾਅਵੇ ਮੁਤਾਬਕ ਇੱਕ ਭੀੜ ਜਿਸ ਦੀ ਅਗਵਾਈ ਦੋ ਸਥਾਨਕ ਹਿੰਦੂ ਲੀਡਰ ਕਰ ਰਹੇ ਸਨ ਨੇ ਨੈਸ਼ਨਲ ਬੈਂਕ ਉੱਤੇ ਹਮਲਾ ਕਰ ਦਿੱਤਾ। ਨੈਸ਼ਨਲ ਬੈਂਕ ਦੀ ਪੂਰੀ ਭੰਨ ਤੋੜ ਕੀਤੀ ਗਈ ਸੀ। ਬੈਂਕ ਮੈਨੇਜਰ ਮਿਸਟਰ ਸਟੀਵਰਟ ਅਤੇ ਅਸਿਸਟੈਂਟ ਮੈਨੇਜਰ ਮਿਸਟਰ ਸਕੌਟ ਨੂੰ ਭੀੜ ਨੇ ਬੜੀ ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਸਥਾਨਕ ਲੋਕਾਂ ਲਈ ਦੋਵਾਂ ਮੈਨੇਜਰਾਂ ਨੇ ਬਹੁਤ ਕੰਮ ਕੀਤਾ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਬੈਂਕ ਦੇ ਫਰਨੀਚਰ ਨਾਲ ਰੱਖ ਕੇ ਸਾੜ ਦਿੱਤਾ ਗਿਆ। ਬੈਂਕ ਦੇ ਰੋਕੜ, ਬਹੀ ਖਾਤੇ, ਹੋਰ ਕਾਗਜ਼ ਪੱਤਰ ਖਿੜਕੀਆਂ ਥਾਣੀ ਬਾਹਰ ਸੁੱਟ ਦਿੱਤੇ ਗਏ ਅਤੇ ਇਮਾਰਤ ਨੂੰ ਅੱਗ ਲਾ ਦਿੱਤੀ ਗਈ। ਬੈਂਕ ਦੇ ਪਿਛਲੇ ਗੋਦਾਮ ਦੀ ਵੀ ਲੁੱਟਮਾਰ ਕੀਤੀ ਗਈ। ਲੋਕ ਮਲਮਲ ਦੇ ਥਾਨ, ਹੋਰ ਕੱਪੜੇ ਅਤੇ ਘੜੀਆਂ ਚੱਕ ਕੇ ਭੱਜ ਗਏ। ਮਗਰੋਂ ਵਾਅਦਾ ਮੁਆਫ ਸਰਕਾਰੀ ਗਵਾਹ ਬਣੇ ਹੰਸਰਾਜ ਦੀ ਝੂਠੀ ਗਵਾਹੀ ਦੇ ਆਧਾਰ 'ਤੇ ਇਸ ਘਟਨਾ ਲਈ ਸਰਕਾਰ ਵੱਲੋਂ ਡਾਕਟਰ ਮੁਹੰਮਦ ਬਸ਼ੀਰ ਨੂੰ ਮੁਜਰਮ ਗਰਦਾਨਿਆ ਗਿਆ। ਅਸਲ ਵਿੱਚ ਇਕੱਲੀ ਨੈਸ਼ਨਲ ਬੈਂਕ ਹੀ ਨਹੀਂ, ਦੋ ਹੋਰ ਵੀ ਬੈਂਕਾਂ ਲੁੱਟੀਆਂ ਗਈਆਂ ਸਨ। ਹਾਲਾਂਕਿ ਤਿੰਨੇ ਬੈਂਕਾਂ ਕੋਤਵਾਲੀ ਦੇ ਬਹੁਤ ਨੇੜੇ ਸਨ। ਕੋਤਵਾਲੀ ਅਤੇ ਟਾਊਨ ਹਾਲ ਦੋਵੇਂ ਇਮਾਰਤਾਂ ਆਹਮੋ ਸਾਹਮਣੇ ਸਨ। ਚਾਰਟਰਡ ਬੈਂਕ ਕੋਤਵਾਲੀ ਤੋਂ ਮਸਾਂ 50 ਗਜ਼ ਦੂਰ ਸੀ। ਇਸ ਨੂੰ ਕੋਤਵਾਲੀ ਵਿੱਚੋਂ ਵੇਖਿਆ ਜਾ ਸਕਦਾ ਸੀ। ਨੈਸ਼ਨਲ ਬੈਂਕ ਵੀ ਕੋਤਵਾਲੀ ਤੋਂ ਹਾਲ ਗੇਟ ਵਾਲੇ ਪਾਸੇ ਤਕਰੀਬਨ 230 ਗਜ਼ ਦੀ ਵਿਥ 'ਤੇ ਸੀ। ਅਲਾਇੰਸ ਬੈਂਕ ਕੋਤਵਾਲੀ ਤੋਂ ਦੂਜੇ ਪਾਸੇ 198 ਗਜ਼ ਦੀ ਵਿਥ 'ਤੇ ਸੀ। ਅਲਾਇੰਸ ਬੈਂਕ 'ਤੇ ਵੀ ਹਮਲਾ ਕੀਤਾ ਗਿਆ। ਮੈਨੇਜਰ ਮਿਸਟਰ ਜੇਮ ਥੋਮਸਨ ਨੇ ਨਿੱਜੀ ਰਿਵਾਲਵਰ ਨਾਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹ ਭੀੜ ਦੇ ਕਾਬੂ ਆ ਗਿਆ ਅਤੇ ਬੜੀ ਬੇਰਹਿਮੀ ਨਾਲ ਕੁੱਟ ਕੇ ਮਰਿਆ ਸਮਝ ਕੇ ਸੁੱਟ ਦਿੱਤਾ ਗਿਆ। ਜਦੋਂ ਭੀੜ ਜਾਣ ਲੱਗੀ ਤਾਂ ਕਿਸੇ ਨੇ ਆਵਾਜ਼ ਦਿੱਤੀ ਕਿ ਇਹ ਤਾਂ ਅਜੇ ਵੀ ਸਹਿਕਦਾ ਹੈ। ਉਸਦੇ ਸਰੀਰ ਨੂੰ ਬਾਲਕੋਨੀ ਤੋਂ ਥੱਲੇ ਗਲੀ ਵਿੱਚ ਸੁੱਟ ਕੇ ਉੱਪਰ ਬੈਂਕ ਦਾ ਫਰਨੀਚਰ ਅਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਗਈ। ਇਸ ਬੈਂਕ ਦੀ ਤਿਜੋਰੀ ਤੋੜ ਕੇ ਕੈਸ਼ ਅਤੇ ਹੋਰ ਕੀਮਤੀ ਸਮਾਨ ਲੁੱਟਿਆ ਗਿਆ। ਬੈਂਕ ਦੀ ਇਮਾਰਤ ਕਿਸੇ ਭਾਰਤੀ ਦੀ ਸੀ, ਇਸ ਕਰਕੇ ਇਸ ਨੂੰ ਭੀੜ ਨੇ ਕੋਈ ਨੁਕਸਾਨ ਨਾ ਪਹੁੰਚਾਇਆ। ਇਸ ਘਟਨਾ ਤੋਂ ਭੀੜ ਦੀ ਮਾਨਸਿਕਤਾ ਬਾਰੇ ਕੋਈ ਸ਼ੱਕ ਬਾਕੀ ਨਹੀਂ ਬਚਦਾ। ਚਾਰਟਰਡ ਬੈਂਕ ਦੇ ਸ਼ੀਸ਼ੇ ਅਤੇ ਇਮਾਰਤ ਦੀ ਭੰਨ ਤੋੜ ਕਰਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਕੋਤਵਾਲੀ ਦੇ ਕੋਲ ਹੋਣ ਕਰਕੇ ਕੋਤਵਾਲੀ ਵਿੱਚੋਂ 25 ਹਥਿਆਰਬੰਦ ਪੁਲਿਸ ਜਵਾਨ ਖਾਨ ਸਾਹਿਬ ਅਹਿਮਦ ਜਾਨ ਡਿਪਟੀ ਸੁਪਰਡੈਂਟ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚ ਗਏ ਅਤੇ ਫੜ ਲਓ ਲਲਕਾਰਦਿਆਂ ਬਿਨਾਂ ਕਿਸੇ ਖਾਸ ਮੁਸ਼ਕਲ ਦੇ ਹੀ ਭੀੜ ਨੂੰ ਭਜਾ ਲਿਆ ਗਿਆ। ਇਹ ਤਕਰੀਬਨ 1:30 ਵਜੇ ਦਾ ਵਾਕਿਆ ਹੋਵੇਗਾ। ਬੈਂਕ ਦੇ ਖੁਸ਼ਕਿਸਮਤ ਮੈਨੇਜਰ ਮਿਸਟਰ ਜੇ ਡਬਲਿਊ ਥੋਮਸਨ ਅਤੇ ਉਸਦੇ ਸਹਾਇਕ ਮਿਸਟਰ ਰੌਸ ਨੂੰ ਸਹੀ ਸਲਾਮਤ ਕੋਤਵਾਲੀ ਲਿਆਂਦਾ ਗਿਆ, ਜਿੱਥੋਂ ਰਾਤ ਨੂੰ ਕਿਲ੍ਹਾ ਗੋਬਿੰਦਗੜ੍ਹ ਭੇਜਿਆ ਗਿਆ। ਚਾਰਟਰ ਬੈਂਕ ਕੋਲ ਸ਼ਾਮ 5 ਵਜੇ ਤੱਕ ਪੁਲਿਸ ਪਹਿਰਾ ਦਿੰਦੀ ਰਹੀ। ਲੁੱਟ ਖੋਹ ਦੀਆਂ ਵਾਰਦਾਤਾਂ ਅੱਧੀ ਰਾਤ ਤੱਕ ਜਾਰੀ ਰਹੀਆਂ। ਹੰਟਰ ਕਮਿਸ਼ਨ ਮੁਤਾਬਕ ਅੰਮ੍ਰਿਤਸਰ ਵਿੱਚ ਇਕੱਲੀ 10 ਅਪ੍ਰੈਲ ਨੂੰ ਹੀ 17 ਲੱਖ ਰੁਪਏ ਦੇ ਮੁੱਲ ਦੀ ਜਾਇਦਾਦ ਬਰਬਾਦ ਕੀਤੀ ਗਈ। ਇੱਕ ਦਰੀਆਂ ਦਾ ਕਾਰਖਾਨਾ ਸੀ, ਉਸਦਾ ਮਾਲਕ ਆਸਟਰੀਆ ਤੋਂ ਆ ਕੇ ਅੰਮ੍ਰਿਤਸਰ ਵਸਿਆ ਹੋਇਆ ਸੀ। ਇਹ ਕਾਰਖਾਨਾ ਲੁੱਟਮਾਰ ਤੋਂ ਸ਼ਾਇਦ ਇਸ ਕਰਕੇ ਬਚ ਗਿਆ ਕਿਉਂਕਿ ਲੁੱਟਮਾਰ ਕਰਨ ਵਾਲਿਆਂ ਦੇ ਲੀਡਰਾਂ ਵਿੱਚੋਂ ਇੱਕ ਇਸ ਵਿੱਚ ਫੋਰਮੈਨ ਸੀ। ਫਸਾਦੀਆਂ ਦੀ ਇੱਕ ਜੁੰਡਲੀ ਡਾਕਟਰ ਇੰਚਾਰਜ ਸ਼੍ਰੀਮਤੀ ਈਸਟਨ ਦੀ ਭਾਲ ਲਈ ਜਨਾਨਾ ਹਸਪਤਾਲ ਚਲੀ ਗਈ। ਬੀਬੀ ਇਜਾਬੈਲ ਮੈਰੀ ਈਸਟਨ ਲੋਕਾਂ ਵਿੱਚ ਕਾਫ਼ੀ ਹਰਮਨ ਪਿਆਰੀ ਸੀ, ਪਰ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਉਸਨੇ ਕਿਹਾ ਹੈ ਕਿ ਜਿਹੜੇ ਵਿਖਾਵਾਕਾਰੀ ਪੁਲਿਸ ਨੇ ਮਾਰੇ ਹਨ
ਉਹਨਾਂ ਨਾਲ ਇਹੀ ਸਲੂਕ ਹੋਣਾ ਚਾਹੀਦਾ ਸੀ। ਭੀੜ ਨੇ ਹਸਪਤਾਲ ਦਾ ਕੋਨਾ ਕੋਨਾ ਛਾਣ ਦਿੱਤਾ, ਪਰ ਬੀਬੀ ਈਸਟਨ ਨਾ ਲੱਭੀ। ਉਹ ਪਛੱਤੀ 'ਤੇ ਲੁਕੀ ਹੋਈ ਸੀ। ਉਸਨੂੰ ਮਾਰਨ ਲਈ ਭੀੜ 2 ਵਾਰ ਹਸਪਤਾਲ ਆਈ। ਦੂਜੀ ਵਾਰ ਤਾਂ ਦੰਗਾਕਾਰੀ ਲਗਭਗ ਉਸ ਤੱਕ ਪਹੁੰਚ ਹੀ ਗਏ ਸਨ ਕਿ ਉਧਰੋਂ ਖਬਰ ਮਿਲੀ ਕਿ ਨੈਸ਼ਨਲ ਬੈਂਕ ਲੁੱਟੀ ਜਾ ਰਹੀ ਹੈ, ਅਤੇ ਭੀੜ ਭੱਜ ਕੇ ਉੱਧਰ ਚਲੀ ਗਈ। ਅਖੀਰ ਇੱਕ ਵਫ਼ਾਦਾਰ ਚਪੜਾਸੀ, ਜਿਸਨੇ ਡਾਕਟਰ ਨੂੰ ਕੁਝ ਦੇਸੀ ਕੱਪੜੇ ਦਿੱਤੇ ਅਤੇ ਕਾਲੀ ਸ਼ਾਹੀ ਨਾਲ ਉਸਦੀ ਚਿੱਟੀ ਚਮੜੀ ਨੂੰ ਕਣਕ ਵੰਨਾ ਕੀਤਾ, ਦੀ ਮਦਦ ਨਾਲ ਬੀਬੀ ਈਸਟਨ ਨੂੰ ਹਸਪਤਾਲ ਤੋਂ ਬਚਾ ਕੇ ਬਾਹਰ ਕੱਢ ਲਿਆ ਗਿਆ। ਕਿਲ੍ਹਾ ਗੋਬਿੰਦਗੜ੍ਹ ਵਿੱਚ ਬਹੁਤ ਛੋਟੇ ਬੱਚਿਆਂ ਤੋਂ ਇਲਾਵਾ 130 ਅੰਗਰੇਜ਼ ਔਰਤਾਂ ਅਤੇ ਬੱਚੇ ਛੱਡਣ ਲਈ ਬੈਠੇ ਸਨ। ਕਿਲ੍ਹੇ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰ ਖਾਲਸਾ ਦੇ ਸ਼ਾਹੀ ਖਜ਼ਾਨੇ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਕਰਵਾਈ ਸੀ। ਉਹੀ ਕਿਲ੍ਹਾ ਅੱਜ ਗੋਰੇ ਸ਼ਰਨਾਰਥੀਆਂ ਲਈ ਆਸਰਾ ਬਣ ਗਿਆ ਸੀ।